ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈਅਨ, ਮਨਮੁਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲੇ ਨੋ, ਹਰ ਭਾਵੈ ਸੋ ਖੇਤ ਜਮਾਇਆ। ਗੁਰਸਿੱਖੀ ਹਰਿ ਅੰਮ੍ਰਿਤ ਬੀਜਿਆ, ਹਰਿ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਤਿਨਕਾ ਕਾੜਾ ਅੰਦੇਸਾ ਸਭ ਲਾਏ ਓਨ, ਜਿਨਹੀ ਸਤਿਗੁਰ ਪੁਰਖ ਧਿਆਇਆ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਮਹਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ। ਰਾਤੀ ਊਂਘ ਹੈ ਦੱਬਿਆ, ਨਵੇਂ ਸੋਤ ਸਭ ਢਿੱਲਾ। ਮਨਮੁੱਖਾਂ ਦਹਿ ਸਿਰ, ਜੋਰਾਂ ਅਮਰ ਹੈ ਨਿਤ ਦੇਵ ਹੈ ਭਲਾ। ਜੋਰਾਂ ਦਾ ਆਖਿਆ ਪੁਰਖ ਕਮਾਵੰਦੇ, ਸੇ ਅਪਵਿੱਤ ਅਮੇਦ ਖਲਾ। ਕਾਮ ਵਿਆਪੇ ਕੁਸੁਧ ਨਰ, ਸੇ ਜੋਰਾ ਪੁੱਛ ਚਲਾ। ਸਤਿਗੁਰ ਕਹਿ ਆਖੇ ਜੋ ਚੱਲੈ, ਸੋ ਸਤਿਪੁਰਖ ਭਲ ਭਲਾ। ਜੋਰਾ ਪੁਰਖ ਸਭ ਆਪ ਉਪਾਏ, ਹਰ ਖੇਲ ਸਭ ਖਿਲਾ। ਸਭ ਤੇਰੀ ਬਣਤ ਬਣਾਵਣੀ, ਨਾਨਕ ਭਲ ਭਲਾ ਪੌੜੀ। ਤੂੰ ਬੇਪਰਵਾਹ ਅਥਾਹ ਹੈ, ਅਤੁਲ ਕਿਉਂ ਤੁਲੀਐ। ਸੇ ਵੱਡ ਭਾਗੀ ਜੇ ਤੁਧ ਤੇ ਆਏ ਦੇ, ਜਿਨ ਸਤਿਗੁਰ ਮਿਲੀਐ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੁੜਿਆਰ ਕੂੜੇ ਚੜ ਪੜੀਐ। ਉਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੋ ਚੱਖ ਮਰਦੇ ਘੜੀਐ। ਉਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੋ ਚੱਖ ਮਰਦੇ ਘੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ
ਅਜ਼ੀਮ ਅਪਾਰ ਬਖਸ਼ਿਸ਼। ਟਲਦੀ ਸ਼ਾਮ ਅਸੀਂ ਸਤਸੰਗਤ ਮਾਣ ਪਾ ਰਹੇ ਹਾਂ, ਵਡਭਾਗੀ ਹਾਂ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਆਪ ਸਰੂਤ ਪਾ ਰਹੇ ਸੀ। ਹੁਣ ਸਮਾਂ ਗੁਰਸ਼ਬਦ ਵਿਆਖਿਆਨ ਦਾ ਹੈ। ਜੋ ਲੜੀਵਾਰ ਗੁਰਬਾਣੀ ਵਿਚਾਰ ਹੋ ਰਹੀ ਹੈ, ਇਸ ਵਿੱਚ ਰਾਗ ਗੌੜੀ ਕੀ ਵਾਰ ਮਹੱਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਰਿਤ ਕੀਤੀ ਗਈ ਲਮੇਰੀ ਬਾਣੀ ਸਾਨੂੰ ਪ੍ਰਾਪਤ ਹੈ। ਆਪ ਜੀ ਨੇ ਇਸ ਰਚਨਾ ਵਿੱਚੋਂ 9 ਨੰਬਰ ਪੌੜੀ ਅਤੇ ਨਾਲ ਲੱਗਦੇ ਸਲੋਕ ਸਰਵਨ ਕੀਤੇ ਨੇ। ਇਹਦਾ ਪਹਿਲਾ ਸਲੋਕ ਵਿਚਾਰਨਾ ਕੱਲ੍ਹ ਪ੍ਰਾਰੰਭ ਕੀਤਾ ਸੀ, ਕਿਉਂਕਿ ਲਮੇਰਾ ਸਲੋਕ ਹੋਣ ਕਰਕੇ ਅਸੀਂ ਇੱਕ ਹਾਜ਼ਰੀ ਵਿੱਚ ਨਹੀਂ ਵਿਚਾਰ ਪਾਏ। ਜੋ ਬੀਤੇ ਕੱਲ੍ਹ ਬਾਤ ਪਾਈ ਸੀ ਇੱਕ ਸਰਸਰੀ ਨਜ਼ਰ ਉਪਰੰਤ ਫਿਰ ਜਿੱਥੇ ਬਾਤ ਸਮੇਟੀ ਸੀਗੀ ਉਸ ਤੋਂ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕਰਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਸੀ, ਹਰ ਪ੍ਰਭ ਕਾ ਸਭ ਖੇਤ ਹੈ ਹਰਿਆਪ ਕਿਰਸਾਣੀ ਲਾਇਆ, ਇਸ ਨੂੰ ਅੰਗਰੇਜ਼ੀ ਜ਼ਬਾਨ 'ਚ ਮੈਟਾਫੋਰਸ ਕਹਿ ਦਿੰਦੇ ਹਾਂ, ਅਸੀਂ ਆਪਣੀ ਭਾਸ਼ਾ 'ਚ ਅਸੀਂ ਕਹਿਣਾ ਹੋਏ ਤਾਂ ਪ੍ਰਤੀਕ ਕਹਾਂਗੇ ਜਾਂ ਬਿੰਬ। ਮਹਾਰਾਜ ਕਿਰਸਾਨੀ ਦਾ ਬਿੰਬ ਸਿਰਜਦੇ, ਖੇਤ ਦੀ ਮਿਸਾਲ ਦਿੰਦੇ ਅਤੇ ਸਾਨੂੰ ਧਰਮ ਕਮਾਉਣ ਦੀ ਜਾਚ ਸਿਖਾਉਂਦੇ। ਇਹ ਜੋ ਜੀਵਨ ਆ, ਇਸ ਜੀਵਨ ਨੂੰ ਖੇਤ ਦੀ ਤਰ੍ਹਾਂ ਲੈ ਲਵੋ ਅਤੇ ਇਹਦੇ ਵਾਸਤੇ ਰੱਬ ਕਿਰਸਾਨ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜੋ ਕਿਰਸਾਨੀ ਦੀ ਕਾਰ ਕੀਤੀ ਹੈ ਉਹ ਸਾਡੇ ਸਮਕਕਸ਼ ਨਜ਼ਰ ਪੈ ਰਹੀ ਹੈ। ਮਹਾਰਾਜ ਬਿਆਨ ਕਰਦੇ, ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਨੀ ਲਾਇਆ, ਉਸਨੇ ਆਪ ਸਾਨੂੰ ਇਸ ਕਿਰਸਾਨੀ ਦੀ ਕਾਰ ਦੇ ਵਿੱਚ ਲਾਇਆ ਹੈ। ਗੁਰਮੁਖ ਬਖਸ਼ ਜਮਾਈਅਨ ਮਨਮੁੱਖੀ ਮੂਲ ਗਵਾਇਆ, ਜਿਹੜੇ ਤਾਂ ਗੁਰਮੁਖ ਨੇ ਉਹ ਬੀਜ ਬੀਜਦੇ ਨੇ ਅਤੇ ਚੰਗੇ ਬੀਜ ਉਹਨਾਂ ਦੇ ਜੰਮ ਆਉਂਦੇ ਨੇ, ਉਹ ਗਾਉਂਦੇ ਨੇ। ਅਸੀਂ ਜ਼ਿੰਦਗੀ 'ਚ ਕੁਝ ਐਫਰਟਸ ਪਾਉਂਦੇ ਹਾਂ, ਉਹ ਐਫਰਟਸ ਚੰਗੀ ਆਈਡੀਓਲੋਜੀ ਲਰਨ ਕਰਨ ਦੀ ਹੈ, ਚੰਗੀ ਸੰਗਤ ਨੂੰ ਇਕਿਊਮੂਲੇਟ ਕਰਨ ਦੀ ਹੈ, ਚੰਗੇ ਆਲੇ ਦੁਆਲੇ ਦੇ ਵਿੱਚ ਆਪਣੇ ਆਪ ਨੂੰ ਕਹਿ ਲਓ ਅਸਿਮੂਲੇਟ ਕਰਕੇ ਉਹਦੇ ਵਿੱਚ ਆਪਣੀ ਆਪ ਨੂੰ ਸਾਂਝ ਬਣਾਉਣ ਦੀ ਹੈ। ਅਸੀਂ ਸਾਰੇ ਥੋੜ੍ਹੀ ਬਹੁਤੀ ਟਰਾਈ ਕਰਦੇ ਹਾਂ, ਕੁਝ ਸਕਸੈਸਫੁੱਲ ਹੋ ਜਾਂਦੇ ਨੇ, ਕੁਝ ਸਭ ਕੁਝ ਕਰ ਕਰਾ ਕੇ ਵੀ ਉਹ ਸਾਰੇ ਚੀਜ਼ ਤੋਂ ਛੁੱਟ ਜਾਂਦੇ ਨੇ। ਬਾਬਾ ਜੀ ਕਹਿੰਦੇ ਜਿਹੜੇ ਸਕਸੈਸਫੁੱਲ ਹੁੰਦੇ ਨੇ, ਜਿਨ੍ਹਾਂ ਦੇ ਜੀਵਨ ਦੇ ਵਿੱਚ ਸ਼ੁਭਤਾ, ਚੰਗਿਆਈ, ਗੁਣ, ਇਨਸਾਨੀਅਤ, ਇਹ ਸਭ ਚੀਜ਼ਾਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਮਝੋ ਦਾਤੇ ਨੇ ਬਖਸ਼ ਕੇ ਉਹ ਬੀਜ ਉਗਾ ਦਿੱਤੇ। ਜਿੱਥੇ ਕਿਤੇ ਥੋੜ੍ਹੀ ਬਹੁਤੀ ਐਫਰਟ ਵੀ ਪਾਈ ਪਰ ਕੋਈ ਰਿਜ਼ਲਟ ਨਹੀਂ ਆਇਆ, ਮਨਮੁੱਖ ਸੀਗੇ ਉਸ ਬਖਸ਼ਿਸ਼ ਤੋਂ ਨਾਲ, ਅਧੂਰੇ ਰਹਿ ਗਏ, ਵਿਰਵੇ ਰਹਿ ਗਏ, ਬੀਜਿਆ ਹੋਇਆ ਬੀਜ ਵੀ ਨਾਸ ਹੋ ਗਿਆ। ਲੋਕ ਅਕਸਰ ਹੋ ਜਾਂਦਾ ਇਸ ਰੂਪ ਦੇ 'ਚ, ਕਈ ਆਪ ਮਿਲਦੇ ਹੋ ਸੱਜਣਾ ਨੂੰ ਆਲੇ ਦੁਆਲੇ, ਉਹ ਮੈਂ ਬੜਾ ਪਾਠ ਕੀਤਾ, ਉਹ ਮੈਂ 10 ਸਾਲ ਪਾਠ ਕਰਨ ਲੱਗਾ, ਛੱਡਦਾ ਫਿਰ, ਮੇਨ ਬੀਜੇ ਹੋਏ ਬੀਜ ਨਹੀਂ ਹੋ ਗਏ। ਮੈਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ, ਸੁਣ ਨਹੀਂ ਜਾਂਦਾ ਮੈਂ, ਉਹ ਮੈਂ ਇਸ ਤਰੀਕੇ ਨਾਲ ਕੀਤਾ ਪਰ ਕੋਈ ਫਾਇਦਾ ਕੋਈ ਨਹੀਂ ਗਾ, ਬੀਜ ਬੀਜਣ ਦੀ ਕੋਸ਼ਿਸ਼ ਕੀਤੀ, ਬੀਜ ਜੰਮਿਆ ਨਹੀਂ। ਕਰਤਾਰੀ ਬਖਸ਼ਿਸ਼ ਹੁੰਦੀ ਹੈ, ਮੇਰੇ ਹੱਥ 'ਚ ਗੁਟਕਾ ਹੈ, ਨਵਾਜਿਸ਼ ਹੈ ਉਹਦੀ, ਗੁਟਕੇ 'ਚ ਲਿਖੇ ਹੋਏ ਅੱਖਰ ਮੈਂ ਆਪਣੀ ਜ਼ਬਾਨ ਨਾਲ ਉਚਾਰ ਰਿਹਾ ਹਾਂ, ਅੱਖਾਂ ਨਾਲ ਉਰੇਦ ਰਿਹਾ ਹਾਂ, ਮਨ ਕਰਕੇ ਕਿਤੇ ਕਿਤੇ ਕੋਈ ਅੱਖਰ ਪਕੜ 'ਚ ਆਉਂਦਾ ਆ, ਅਲਟੀਮੇਟਲੀ ਉਹ ਜਿਹੜਾ ਪਕੜ 'ਚ ਆਇਆ ਹੋਇਆ ਅੱਖਰ ਆ ਉਹ ਜ਼ਿੰਦਗੀ ਦੀ ਤਰਤੀਬ 'ਚ ਢਲ ਜਾਂਦਾ। ਸਮਝੋ ਬੀਜ ਜੰਮ ਗਿਆ। ਜੇ
ਉਹ ਅੰਦਰ ਤਰਤੀਬ ਵਿੱਚ ਨਹੀਂ ਟਲਿਆ ਅਤੇ ਇੱਕ ਦਿਨ ਐਸਾ ਹੋਇਆ ਕਿ ਉਹ ਗੁਟਕਾ ਵੀ ਹੱਥੋਂ ਛੁੱਟ ਗਿਆ, ਉਹ ਮੂੰਹ ਤੋਂ ਬੋਲਣਾ ਵੀ ਛੁੱਟ ਗਿਆ, ਉਹ ਨਜ਼ਰਾਂ ਤੋਂ ਪੜ੍ਹਨਾ ਵੀ ਛੁੱਟ ਗਿਆ। ਸਮਝਣਾ ਪਏਗਾ ਮੈਂ ਅਭਾਗਾ ਹੋ ਗਿਆ ਵਾਂ, ਬਿਲਕੁਲ ਹੀ ਉਹ ਜੰਮਣ ਵਾਲੀ ਬਾਤ ਬਣੀ ਨਹੀਂ ਗਈ। ਅਤੇ ਬਾਬਾ ਜੀ ਕਈ ਕਈ ਰੂਪਾਂ 'ਚ ਉਹਨੂੰ ਬਿਆਨ ਕਰਦੇ, ਆਪਾਂ ਨੇ ਕਿੰਨੀ ਕਿੰਨੀ ਵਾਰੀ ਬਚਨ ਪੜ੍ਹਿਆ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਵਿਣ ਭਾਗਾਂ ਸਤਸੰਗ ਨਾ ਲੱਭੈ। ਕੁਛ ਭਾਗ ਮਥੋਰ ਹੋਣ, ਕੁਝ ਨਵਾਜਸ ਹੋਏ ਉਹਦੀ, ਤਾਂ ਜਾ ਕੇ ਬਾਤ ਬਣਦੀ ਹੈ, ਨਹੀਂ ਤਾਂ ਕੀਤੀ ਹੋਈ ਐਫਰਟ ਪਰ ਪਾਏ ਹੋਏ ਪ੍ਰਯਾਸ ਹੀ ਬੰਦੇ ਦੇ ਛੁੱਟ ਜਾਂਦੇ। ਜਿਵੇਂ ਖੇਤ 'ਤੇ ਸੱਟਿਆ ਹੋਇਆ ਬੀਜ, ਉਹ ਮੂਲ ਹੈ, ਬਾਬਾ ਜੀ ਕਹਿੰਦੇ ਉਹ ਵੀ ਗਲ ਗਿਆ, ਬੂਟੇ 'ਤੇ ਕੀ ਬਣਨੇ ਸੀ, ਹੱਥੋਂ ਬੀਜ ਵੀ ਛੁੱਟ ਗਿਆ, ਜਿਹੜਾ ਟਾਈਮ ਸੀਗਾ ਉਹ ਵੀ ਕਿਤੇ ਅਜਾਈ ਚਲਾ ਗਿਆ, ਲੱਗਾ ਇਹਦਾ ਫਾਇਦਾ ਹੀ ਕੋਈ ਨਹੀਂ ਆਇਆ। ਮਹਾਰਾਜ ਉਹਦੀ ਬਾਤ ਕਰਦੇ, ਇਹਦੇ ਵਿੱਚ ਕਿਹਾ ਗੁਰਮੁਖ ਬਖਸ਼ ਜਮਾਈਆਂ ਮਨਮੁਖੀ ਮੂਲ ਗਵਾਇਆ, ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਆਪਣੇ ਭਲੇ ਨੂੰ ਤਾਂ ਸਾਰੇ ਬੀਜਦੇ ਨੇ ਭਾਈ, ਵਧੀਆ ਬੀਜਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਿਹਨੂੰ ਉਹ ਨਿਵਾਜ ਦਿੰਦਾ ਬਖਸ਼ ਦਿੰਦਾ ਹੈ ਉਹੀ ਅਲਟੀਮੇਟਲੀ ਉੱਗਦਾ ਆ, ਇਹ ਬਾਤ ਬਾਬਾ ਜੀ ਨੇ ਕੀਤੀ ਹੈ। ਇਸ ਤਰ੍ਹਾਂ ਜਾਣੀਏ ਸਾਡੀਆਂ ਜਿਹੜੀਆਂ ਇੰਟੈਂਸ਼ਨਸ ਹੁੰਦੀਆਂ ਨੇ ਉਹ ਬੜੀ ਬੜੀਆਂ, ਕਈ ਵਾਰੀ ਬੜੀਆਂ ਸਾਫ਼ ਗੋਈ 'ਚ ਹੁੰਦੀਆਂ ਨੇ, ਚੰਗੀਆਂ ਹੁੰਦੀਆਂ ਨੇ, ਪਰ ਉਹ ਸਭ ਹੋਣ ਦੇ ਬਾਵਜੂਦ ਵੀ ਵਾਹਿਗੁਰੂ ਦਾ ਤਰਸ, ਉਹਦੀ ਅਰਦਾਸ ਉਹਦੇ ਅੱਗੇ ਕਰਨੀ, ਮਿੰਨਤ ਕਰਨੀ, ਇਹਦੀ ਬਾਤ ਕੁਛ ਸਮਝ ਆ ਰਹੀ ਹੈ ਮੈਨੂੰ ਇਹਦੇ ਵਿੱਚ, ਜੋ ਸਾਹਿਬ ਬਿਆਨ ਕਰਦੇ ਇਹਦੇ ਵਿੱਚ। ਕਹਿੰਦੇ ਜੇ ਉਹ ਤਰਸ ਕਰੇ ਹਰ ਭਾਵੈ ਸੋ ਖੇਤ ਜਮਾਇਆ, ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਿਹੜੇ ਗੁਰਸਿੱਖੀ, ਜਿਹੜੇ ਗੁਰੂ ਤੋਂ ਕੁਝ ਸਿੱਖਦੇ ਨੇ, ਗੁਰੂ ਕੋਲੋਂ ਕੁਝ ਗਿਆਨ, ਕੁਝ ਸਮਝ, ਕੁਝ ਹਾਸਲ ਕਰਦੇ ਨੇ, ਉਹ ਗੁਰਸਿੱਖ। ਕਿਹਾ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਉਹਨਾਂ ਨੇ ਹਰੀ ਨਾਮ ਦਾ ਅੰਮ੍ਰਿਤ ਬੀਜ ਲਿਆ, ਉਸ ਨੂੰ ਉਹਨਾਂ ਨੇ ਕੁਝ ਡਿਵੋਸ਼ਨਲ ਸਾਈਡ ਤੋਂ ਵਾਹਿਗੁਰੂ ਦੇ ਉਸ ਰੰਗ ਦੇ 'ਚ ਆਪਣੇ ਆਪ ਨੂੰ ਰੰਗਣ ਦੀ ਕੋਸ਼ਿਸ਼ ਕੀਤੀ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਉਸ ਅੰਮ੍ਰਿਤ ਨਾਮ ਦੇ ਸਦਕਾ ਉਹਨਾਂ ਦੀ ਝੋਲੀ 'ਚ ਇੱਕ ਦਿਨ ਅੰਮ੍ਰਿਤਮਈ ਫਲ ਵੀ ਪੈ ਗਿਆ, ਇੱਕ ਦਿਨ ਉਹਨਾਂ ਦੀ ਝੋਲੀ ਦੇ 'ਚ ਆਤਮਕ ਸਕੂਨ ਵੀ ਪੈ ਗਿਆ ਉਸ ਰੂਪ ਦੇ ਵਿੱਚ। ਪਹਿਲੇ ਬੇਨਤੀ ਕਰਦੇ ਹਾਂ, ਮੈਟਾਫੋਰਸ ਨੇ, ਇਹਨਾਂ ਦੀ ਅੰਡਰਸਟੈਂਡਿੰਗ ਜਿੰਨੀ ਕੁ ਤੁਹਾਡੀ ਉਸ ਮੈਟਾਫੋਰ ਦੇ ਨਾਲ ਜਾਣਕਾਰੀ ਹੋਏਗੀ ਉਹਦੇ ਅਕੋਰਡਿੰਗਲੀ ਹੋ ਜਾਏਗੀ। ਬਾਣੀ 'ਚ ਇੱਕ ਦੋ ਪ੍ਰਮਾਣ ਹੋਰ ਕਹਿ ਦਿੰਦੇ ਹਾਂ, ਬਾਬਾ ਜੀ ਤਾਂ ਇੱਕ ਬਚਨ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਬੋ, ਅੰਮ੍ਰਿਤ ਸਿੰਚੋ ਭਰੋ ਕਿਆਰੇ, ਤੋ ਮਾਲੀ ਕਿਉ ਹੋਵੋ, ਕਾਮ ਕ੍ਰੋਧੋ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉਂ ਗੋਡੋ ਤੁਮ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਏ। ਕਿਰਸਾਨੀ ਦੀ ਖੇਡ ਬਿਆਨ ਹੋ ਰਹੀ ਹੈ ਸਾਰੀ, ਜਿਵੇਂ ਇੱਥੇ ਹੋਈ। ਇੱਥੇ ਬਚਨ ਆ ਰਿਹਾ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਬਾਬਾ ਜੋਤ ਕਹਿੰਦੇ ਕਰ ਹਟ ਹਟ ਮਾਲ ਟਿੰਡ ਪਰੋਵੋ, ਅੱਜ ਵਰਗਾ ਜਿਹੜਾ ਮਾਹੌਲ ਅਸੀਂ ਜਿਹ 'ਚ ਰਹਿ ਰਹੇ ਹਾਂ, ਇੱਥੇ ਜਿਹਨੂੰ ਇਰੀਗੇਸ਼ਨ ਕਿਹਾ ਜਾਂਦਾ ਆ, ਪਾਣੀ ਦੇ ਨਾਲ ਸਿੰਚਾਈ ਕਰਨੀ, ਖੇਤਾਂ ਨੂੰ ਸਿੰਜਣਾ, ਇਹ ਜਿਹੜਾ ਇਰੀਗੇਸ਼ਨ ਦਾ ਉਸ ਰੂਪ ਵਿੱਚ ਕੌਨਸੈਪਟ ਆ। ਆਪਾਂ ਕੈਨੇਡਾ 'ਚ ਦੇਖੀਏ ਤਾਂ ਮੈਂ ਬੀਤੇ ਹੀ ਮਹੀਨਾ ਪਹਿਲਾਂ ਜਿਹੜੀ ਪ੍ਰੇਰੀਜ਼ ਦੇ ਵਿੱਚ ਡਰਾਊਟ ਵਰਗੀ ਕੰਡੀਸ਼ਨ ਹੈ ਉਹਦੇ ਉੱਤੇ ਕੁਝ ਰਿਪੋਰਟਸ ਪੜ੍ਹ ਰਿਹਾ ਸੀਗਾ, ਅਤੇ ਫਿਰ ਉਸ ਤੋਂ ਬਾਅਦ ਇਰੀਗੇਸ਼ਨ ਪੋਲਿਸੀਜ਼ ਦੇ ਅੰਦਰ ਕੁਝ ਚੇਂਜਸ ਆਏ ਨੇ ਉੱਥੇ, ਅਤੇ ਆਪ ਹੈਰਾਨ ਹੋਵੋਗੇ। ਤੁਸੀਂ ਇੱਥੇ ਆਪਣੇ ਪਰਸਨਲ ਯੂਜ਼ ਵਾਸਤੇ ਟਿਊਬਵੈੱਲ ਲਾਉਣਾ ਹੋਏ ਤੁਹਾਨੂੰ ਅਲਾਓ ਨਹੀਂ ਹੁੰਦਾ, ਹਾਲਾਂਕਿ ਦੁਨੀਆ ਦਾ ਸਭ ਤੋਂ ਵੱਧ ਮਿੱਠਾ ਪਾਣੀ, ਬੇਤਹਾਸ਼ਾ ਪਾਣੀ ਲੇਕਸ ਤੋਂ ਲੈ ਕੇ ਅਤੇ ਗਰਾਊਂਡ ਤੱਕ ਇੱਥੇ ਪਿਆ ਆ। ਮਤਲਬ ਆਸੇ ਸਾਲ ਹੀ ਬਰਫ਼ ਘੱਟ ਪਈ, ਅਦਰਵਾਈਜ਼ ਇੰਨੀ ਸਨੋਅ ਪੈਂਦੀ ਹੈ, 2-4 ਫੁੱਟ ਥੱਲੇ ਜਾਓ ਤਾਂ ਪਾਣੀ ਪਾਣੀ ਪਿਆ ਆ, ਜਿੰਨਾ ਮਰਜ਼ੀ ਪਾਣੀ ਕੱਢ ਲਓ। ਉਹ ਕਹਿੰਦੇ ਨੋਟ ਐਟ ਆਲ,
ਬਿਲਕੁਲ ਨਹੀਂ, ਇਹ ਲੱਗਦਾ ਹੀ ਹੈ ਜਿਵੇਂ ਪਤਾ ਨਹੀਂ ਪਾਣੀ ਦਾ ਬੜਾ ਵੱਡਾ ਖਜ਼ਾਨਾ, ਪਰ ਇਹ ਬੇਸ਼ਕੀਮਤੀ ਦੌਲਤ, ਇਹ ਮੁੱਕਦਿਆਂ ਦੇਰ ਹੀ ਨਹੀਂ ਲੱਗਣੀ। ਇਸ ਨੂੰ ਬਿਲਕੁਲ ਅਸੀਂ ਇਸ ਤਰੀਕੇ ਨਾਲ ਨਹੀਂ ਗਵਾ ਸਕਦੇ। ਸਾਡੇ ਤਾਂ ਪੰਜਾਬ ਦੇ ਵਿੱਚ ਅਸੀਂ ਸੋਚਿਆ ਹੀ ਨਹੀਂ ਉਹਦਾ, ਲੋਕਾਂ ਨੇ ਲੁਕਿਆ ਲਿਆ, ਹੁਣ ਤਾਂ ਟਿਊਬਵੈੱਲ ਲੱਗ ਗਿਆ ਅਤੇ ਬਸ। ਸਾਡੇ ਇੱਕ ਸੱਜਣ ਹੈਗੇ ਨੇ ਅਤੇ ਉਹ ਕੰਮ ਕਰਦੇ ਰਹੇ ਨੇ ਜਿਹੜਾ ਦਰਿਆਈ ਮਹਿਕਮਾ ਉਹਦੇ ਵਿੱਚ, ਅਤੇ ਬਿਆਨ ਕਰਦੇ ਕਹਿੰਦੇ ਵੀ ਕਮਾਲ ਹੈ, ਚਲੋ ਹੁਣ ਤਾਂ ਪਾਣੀ ਬਾਰੇ ਅਸੀਂ ਬੜਾ ਰੌਲਾ ਪਾਉਂਦੇ ਹਾਂ ਵੀ ਪਾਣੀ, ਪੰਜਾਬ ਦਾ ਪਾਣੀ ਖੋ ਗਿਆ, ਲੈ ਗਿਆ, ਲੈ ਗਏ। ਕਹਿੰਦੇ ਜਿਹੜੇ ਨਹਿਰਾਂ ਕੱਢੀਆਂ ਸੀ, ਰਜਵਾਏ ਕੱਢੇ ਸੀ ਰਜਵਾਇਆਂ 'ਤੇ ਨਹਿਰਾਂ ਨੂੰ, ਖਾਲ ਖੇਤਾਂ ਤੱਕ ਲੈ ਗਏ ਸੀ, ਦਿੱਤੇ ਸੀ ਗਿਰਦਾਵਰੀ ਕਰਕੇ ਵੀ ਇਹ ਖਾਲ ਜਿਹੜੇ ਨੇ ਸਾਂਝੇ ਖਾਲ ਨੇ, ਇਹਨਾਂ 'ਚੋਂ ਪਾਣੀ ਚੱਲੇਗਾ। ਉਹਨਾਂ ਰਜਵਾਇਆਂ ਤੋਂ, ਉਹਨਾਂ ਤੋਂ ਪਾਣੀ ਲੈਣਾ ਲੋਕਾਂ ਨੇ ਬੰਦ ਕਰ ਦਿੱਤਾ, ਕਿਉਂਕਿ ਖਾਲ ਵਾਹ ਦਿੱਤੇ ਸਾਰੇ। ਸੋਚਿਆ ਲੈ ਇੱਥੇ ਹੋਰ ਦੋ ਮਰਲੇ ਫਸਲ ਹੋਏ, ਕੀ ਲੋੜ ਆ, ਪਰ ਪਾਣੀ ਕਹਿੰਦੇ ਪਾਣੀ ਟਿਊਬਵੈੱਲ ਲੱਗਾ ਆਪਣਾ, ਏਡੇ ਕਿੱਡੇ ਆਪਾਂ ਲੋੜ ਹੀ ਨਹੀਂ, ਆਪਾਂ ਦੋ ਦਿਨ ਟਿਊਬਵੈੱਲ ਹੋਰ ਚਲਾ ਲਾਂਗੇ। ਕਹਿੰਦੇ ਪਤਾ ਹੀ ਨਹੀਂ ਸੀਗਾ ਵੀ ਐਕਚੁਲੀ ਇਹ ਕਰ ਕੀ ਰਹੇ ਹਾਂ। ਹੁਣ ਮੈਨੂੰ ਆਪ ਐਗਜੈਕਟਲੀ ਆਪਣਾ ਅਤੇ ਮੈਂ ਉਸ ਐਕਸਪੀਰੀਅੰਸ ਨਹੀਂ ਜਾਣਦਾ ਕੁਝ ਆਲੇ ਦੁਆਲੇ ਜਿੰਨੀ ਖਬਰ ਮਿਲੀ, ਕਿਉਂਕਿ ਰਾਈਟਿੰਗ ਚੀਜ਼ਾਂ ਘੱਟ ਆਉਂਦੀਆਂ ਨੇ, ਸੁਣੇ ਸੁਣਾਏ 'ਚ ਜ਼ਿਆਦਾ ਆਉਂਦਾ ਉੱਥੋਂ। ਅਤੇ ਕੋਈ ਦੱਸਦਾ 600 ਫੁੱਟ 'ਤੇ ਪਾਣੀ ਚਲਾ ਗਿਆ, ਕੋਈ ਕਹਿੰਦਾ ਨਹੀਂ ਜੀ ਨਹੀਂ ਸਾਡੇ ਇੱਥੇ 900 ਫੁੱਟ 'ਤੇ ਮੋਟਰਾਂ ਦੋ ਪਈਆਂ ਨੇ, ਥੱਲੇ ਪਾਈ ਹੈ ਮੱਛੀ ਮੋਟਰ ਜਿਹਨੂੰ ਕਹਿੰਦੇ ਸਮਰਸੀਬਲਸ, ਇਹ ਕੁੱਤੇ ਪਾਈ ਹੈ। ਤਾਂ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਇੱਕ ਤਰੀਕੇ ਨਾਲ ਸਬਮਰਸੀਬਲ ਮੋਟਰਸ ਪਾ ਕੇ ਅਸੀਂ ਪਾਣੀ ਕੱਢਦੇ ਹਾਂ। ਸੋ ਇਹ ਕੰਡੀਸ਼ਨ ਬਣ ਗਈ। ਜਦੋਂ ਪਾਣੀ ਕੱਢਣਾ ਸ਼ੁਰੂ ਕੀਤਾ ਉਹ ਕਹਿੰਦੇ ਲੈ ਫ੍ਰੀ ਦਾ ਪਾਣੀ ਜਿੰਨਾ ਮਰਜ਼ੀ, ਹਾਲਾਂਕਿ ਹਜ਼ਾਰਾਂ ਸਾਲਾਂ ਦੇ ਉਹ ਸਾਰੀ ਕੁਦਰਤ ਦੇ ਬਖਸ਼ਿਸ਼ ਦੇ ਨਾਲ ਉਹ ਖਜ਼ਾਨਾ ਧਰਤੀ ਛਣ ਛਣ ਕੇ ਇਕੱਠਾ ਹੋਇਆ। ਤੂੰ ਅਜਾਈ ਐਵੇਂ ਗਵਾਉਣ ਵਾਸਤੇ, ਥੋੜ੍ਹਾ ਬਹੁਤ ਬੇਸ਼ਕੀਮਤੀ ਸੋਰਸ ਆ, ਪਰ ਅਹਿਸਾਸ ਹੀ ਨਹੀਂ ਕੋਈ ਇਸ ਗੱਲ ਦਾ। ਖੈਰ ਜਦੋਂ ਅਸੀਂ ਪੁਰਾਣੇ ਸਮੇਂ ਵਿੱਚ ਦੇਖਦੇ ਹਾਂ ਤਾਂ ਖੂਹਾਂ ਦੀ ਹੁੰਦੀ ਸੀ, ਟਿਊਬਵੈੱਲ ਦੀ ਜਗ੍ਹਾ ਦੇ ਉੱਤੇ ਖੂਹਾਂ ਤੋਂ ਖੇਤੀ ਹੁੰਦੀ ਸੀ। ਜਦੋਂ ਕਿਤੇ ਬਰਸਾਤ ਵਗੈਰਾ ਜਦੋਂ ਘੱਟ ਜਾਂਦੀ ਜਾਂ ਬੰਦੇ ਨੂੰ ਕੁਝ ਪਾਣੀ ਲਗਾਉਣਾ ਪੈਂਦਾ ਤਾਂ ਖੂਹਾਂ ਦਾ ਯੂਜ਼ ਕਰਦਾ। ਖੂਹ ਦੇ ਵਾਸਤੇ ਉਹਦੇ ਲਈ ਖੂਹ ਪੱਟਣ ਤੋਂ ਬਾਅਦ ਉਹਦੇ ਉੱਤੇ ਇੱਕ ਟਿੰਡਾਂ ਦੀ ਮਾਲ ਰੱਸੇ ਦੇ ਨਾਲ ਛੋਟੇ ਛੋਟੇ ਇਸ ਤਰੀਕੇ ਨਾਲ ਪੌਟ ਜੇ ਬੰਨੇ ਜਾਂਦੇ ਸੀਗੇ ਜਿਹਨੂੰ ਟਿੰਡਾਂ ਕਿਹਾ ਜਾਂਦਾ ਸੀਗਾ। ਬਾਬਾ ਜੀ ਨੇ ਉਹਦਾ ਮੈਟਾਫੋਰ ਦਿੱਤਾ, ਕਿਹਾ ਕਰ ਹਰ ਹੱਟ ਮਾਲ ਟਿੰਡ ਪਰੋਵੋ, ਭਲਿਓ ਆਪਣੇ ਵਿਚਾਰਾਂ ਖਿਆਲਾਂ ਦੀ ਦਰੁਸਤਗੀ ਕਰੋ, ਇਹਨਾਂ ਨੂੰ ਜਿਵੇਂ ਮਾਲ ਹੁੰਦੀ ਹੈ ਰੱਸਿਆਂ ਦੀ, ਇਸ ਤਰੀਕੇ ਦੇ ਨਾਲ ਸਿੱਧਿਆਂ ਕਰਕੇ ਇਹਦੇ 'ਚ ਕੁਝ ਪੌਟ ਭਾਂਡੇ ਬੰਨੋ ਇਸ ਢੰਗ ਦੇ ਨਾਲ। ਮੀਨ ਆਪਣੇ ਥੋਟਸ ਦੇ ਵਿੱਚ ਕੋਈ ਚੰਗੀ ਜਿਹੜੀ ਵਿਚਾਰਧਾਰਾ ਪ੍ਰਵਿਰਤ ਕਰਨ ਵਾਸਤੇ ਐਫਰਟ ਪਾਓ ਥੋੜ੍ਹੀ ਬਹੁਤੀ। ਕਰ ਹਰ ਹੱਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ। ਬਾਬਾ ਜੀ ਚਲੋ ਥੋਟਸ ਨੂੰ ਪ੍ਰੋਸੈਸ ਕਰਨ ਵਾਸਤੇ ਕੋਈ ਮਾਲਾ ਪਰਾਉਣ ਦੀ ਗੱਲ ਕਰ ਰਹੇ ਹੋ ਤੁਸੀਂ, ਪਰ ਉੱਥੇ ਤਾਂ ਹਲ ਬਲਦ ਜੁੱਪਦਾ, ਉਹ ਬਲਦ ਘੁਮਾਉਂਦਾ ਉਹ ਸਾਰੇ ਹਲਟ ਨੂੰ, ਇੱਥੇ ਕੌਣ ਘੁਮਾਏਗਾ? ਮਹਾਰਾਜ ਕਹਿੰਦੇ ਮਨ ਨੂੰ ਕੋਈ ਘੁਮਾਏ, ਮਨ ਉਹ ਮਾਲ ਲਗਾਤਾਰ ਚਲਾਏ ਥੋਟਸ ਦੀ ਚੰਗੀ, ਵੈਸੇ ਵੀ ਤਾਂ ਚਲਾ ਹੀ ਰਿਹਾ, ਕੂੜ ਦੇ ਥੋਟ, ਮਾੜੇ ਥੋਟ, ਗੁੱਸੇ, ਹਰ ਤਰ੍ਹਾਂ ਦੇ ਥੋਟ ਚਲਾਉਂਦਾ ਆ, ਕਿਉਂ ਨਾ ਰੱਬੀ ਥੋਟ ਵੀ ਚਲਾਏ। ਕਿਹਾ ਕਰ ਹਰ ਹੱਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ, ਅੰਮ੍ਰਿਤ ਸਿੰਚੋ ਭਰਿਓ ਕਿਆਰੇ। ਅੰਮ੍ਰਿਤ ਕਿਤੋਂ ਬਾਹਰੋਂ ਨਹੀਂ ਆਉਂਦਾ, ਅੰਮ੍ਰਿਤ ਤੁਹਾਡੇ ਖਿਆਲਾਂ ਦੀ ਪ੍ਰਵਾਜ਼ ਵਿੱਚੋਂ ਆਉਂਦਾ ਹੈ। ਖਿਆਲ ਹੀ ਨੇ, ਸਵੇਰੇ ਉੱਠਦਿਆਂ ਨਾਲ ਹੀ ਸ਼ੁਰੂ ਹੋ ਗਏ, ਮੇਰੇ ਨਾਲ ਫਲਾਂ ਨੇ ਮਾੜਾ ਕੀਤਾ, ਆਹ ਵੀ ਗਲਤ ਹੋ ਗਿਆ, ਇਸ ਤਰੀਕੇ ਨਾਲ ਵੀ ਹੋ ਗਿਆ, ਇਸ ਤਰੀਕੇ ਨਾਲ। ਦੁਪਹਿਰ ਹੁੰਦਿਆਂ ਤੱਕ ਸਾਰਾ ਮਨ ਜ਼ਹਿਰ ਨਾਲ ਭਰ ਗਿਆ, ਰਾਤ ਪੈਂਦੀ ਤੱਕ ਲੱਗਾ ਸਭ ਬਰਬਾਦੀ ਅਤੇ ਤਬਾਹੀ ਹੈ। ਇਹ ਆ ਵੀ ਸਵੇਰ ਦਾ ਖੂਹ ਗਿੜ ਰਿਹਾ ਸੀਗਾ, ਉਹ ਖੂਹ ਦੇ ਵਿੱਚੋਂ ਸਾਰਾ ਤੇਜ਼ਾਬੀ ਪਾਣੀ ਸਾਰਾ ਸਿੰਚਿਆ ਗਿਆ।
ਉੱਗੀ ਹੋਈ ਫਸਲ ਵੀ ਸੜ ਗਈ, ਕੁਛ ਚੰਗਾ ਬਣ ਰਿਹਾ ਸੀ ਆਲੇ ਦੁਆਲੇ ਉਸਰ ਰਿਹਾ ਸੀ ਆਰ ਪਰਿਵਾਰ ਦੇ ਵਿੱਚ, ਉਹ ਵੀ ਜਾਂਦਾ ਲੱਗਾ ਡਨ। ਮਹਾਰਾਜ ਕਹਿੰਦੇ ਨਹੀਂ, ਕਰ ਹਰ ਹਟ ਮਾਲ ਟਿੰਡ ਪਰੋਵੋ ਤਿਸ ਪਿੱਤਰ ਮਨ ਜੋਵੋ, ਅੰਮ੍ਰਿਤ ਸਿੰਚੋ, ਅੰਮ੍ਰਿਤ ਸਿੰਚੋ, ਚੰਗੇਰੀ ਵਿਚਾਰਧਾਰਾ, ਚੰਗੇਰੇ ਖਿਆਲਾਂ ਨੂੰ ਇਹਨਾਂ ਨੂੰ ਘੇਰੋ, ਭਰੋ ਕਿਆਰੇ ਇਹਦੇ ਨਾਲ, ਆਪਣੇ ਆਲੇ ਦੁਆਲੇ ਕਿਆਰਿਆਂ ਨੂੰ ਸਰਾਬੋਰ ਕਰੋ, ਆਪਣੇ ਰਿਸ਼ਤਿਆਂ ਨੂੰ, ਆਪਣੇ ਨਾਤਿਆਂ ਨੂੰ, ਸੰਬੰਧਾਂ ਨੂੰ, ਉਹਨਾਂ ਨੂੰ ਕੁਛ ਸਿੰਚੋ। ਇਸ ਆਤਮਕ ਜੀਵਨ ਦੀਆਂ ਸੋਝੀਆਂ ਦੇ ਵਿੱਚੋਂ ਨਿਕਲ ਰਹੀ ਤੁਹਾਡੀਆਂ ਜਿਹੜੀਆਂ ਵੇਵਸ ਦੇ ਤਰੰਗਾਂ ਨੇ, ਕਿਆ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋ ਮਾਲੀ ਕੇ ਹੋਵੋ। ਮਾਲੀ ਮੋਸਟਲੀ ਅਸੀਂ ਗਾਰਡਨਰ ਨੂੰ ਕਹਿ ਦਿੰਦੇ ਹਾਂ ਜਿਹੜਾ ਖਾਸ ਕਰਕੇ ਫੁੱਲਾਂ ਦੀਆਂ ਕਿਆਰੀਆਂ ਜਾਂ ਬਾਗ ਬਗੀਚੇ ਸੰਭਾਲਦਾ ਆ, ਪਰ ਇੱਥੇ ਮਾਲੀ ਦਾ ਮਤਲਬ ਹੈ ਮਾਲਕ। ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹਨੇ ਖੇਤ ਦਿੱਤਾ, ਜਿਹਨੇ ਖੂਹ ਗੇੜਨ ਦਾ ਸਾਨੂੰ ਮੌਕਾ ਦਿੱਤਾ, ਸਭ ਚੀਜ਼ਾਂ ਉਹਨੇ ਬਖਸ਼ੀਆਂ ਨੇ। ਜਦੋਂ ਅਸੀਂ ਇਸ ਤਰੀਕੇ ਨਾਲ ਕਾਰਗੁਜ਼ਾਰੀ ਕਰਾਂਗੇ, ਮਾਲੀ ਖੁਸ਼ ਹੋਏਗਾ, ਮਾਲਕ ਖੁਸ਼ ਹੋਏਗਾ ਸਾਡੇ ਤੋਂ। ਕਿਆ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋ ਮਾਲੀ ਕੇ ਹੋਵੋ, ਕਾਮ ਕ੍ਰੋਧ ਤੁਮ ਕਰੋ ਬਸੋਲੇ ਗੋਡੋ ਧਰਤੀ ਭਾਈ। ਆਪਣੀਆਂ ਫੋਰਸਸ ਤੁਹਾਡੇ ਅੰਦਰ ਜਿਹੜੀਆਂ ਨੇ ਇਹਨਾਂ ਨੂੰ ਗ੍ਰਿਪ ਕਰੋ, ਬਸੋਲੇ ਇਹਨਾਂ ਦੇ ਜਿਵੇਂ ਕਸੀਆਂ ਦੇ ਬਸੋਲਿਆਂ ਦੇ ਦਸਤੇ ਫੜੇ ਜਾਂਦੇ ਨੇ, ਐਵੇਂ ਫੜੋ ਅਤੇ ਉਹਨਾਂ ਨੂੰ ਧਰਤੀ ਗੋਡੋ। ਆਪਣੀ ਜ਼ਿੰਦਗੀ ਦੀ ਐਨਰਜੀ ਨੂੰ ਸਹੀ ਪਾਸੇ ਡਾਈਵਰਟ ਕਰੋ, ਸਹੀ ਪਾਸੇ ਲਗਾਓ। ਕਿਆ ਕਾਮ ਕਰੋ ਤੁਮ ਕਰੋ ਬਸੋਲੇ ਗੋਡੋ ਧਰਤੀ ਬਾਈ, ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ। ਜਿਵੇਂ ਜਿਵੇਂ ਗੋਡੀ ਕਰੋਗੇ, ਪਾਣੀ ਦਿਓਗੇ, ਇਹ ਸਾਰੀ ਮਿਹਨਤ ਕਰੋਗੇ ਭਾਈ, ਉਸ ਤਰੀਕੇ ਦੇ ਨਾਲ ਤੁਹਾਨੂੰ ਸੁੱਖ ਪ੍ਰਾਪਤ ਹੋਏਗਾ, ਖੁਸ਼ੀ ਪ੍ਰਾਪਤ ਹੋਏਗੀ, ਤੁਹਾਡੇ ਘਰ ਦੇ ਵਿੱਚ ਬੋਹਲ ਵਧਣਗੇ। ਉਹਦੀ ਬਾਤ ਕੀਤੀ, ਮੈਟਾਫੋਰਿਕ ਵੇ ਨਾਲ ਸਾਨੂੰ ਬਾਤ ਸਮਝਾਈ। ਜ਼ਿੰਦਗੀ ਦੇ ਵਿੱਚ ਵਿਚਾਰਾਂ ਸੋਚਾਂ ਦਾ ਜਿਹੜਾ ਜਮਾਵੜਾ ਲੱਗਾ ਤੇਰੇ, ਇਹ ਕੂੜ ਦਾ ਨਾ ਹੋਏ, ਸੱਚ ਦਾ ਹੋਏ, ਗਲਤ ਦਾ ਨਾ ਹੋਏ, ਸਹੀ ਦਾ ਹੋਏ, ਮਾੜੇ ਪਾਸੇ ਜਾਣ ਵਾਲਾ ਨਾ ਹੋਏ, ਚੰਗੇ ਪਾਸੇ ਜਾਣ ਵਾਲਾ ਹੋਏ। ਬਾਬਾ ਜੀ ਨੇ ਉਹਦੀ ਬਾਤ ਕੀਤੀ। ਇੱਥੇ ਕਿਹਾ ਇਸ ਪਾਵਨ ਬਚਨ ਦੇ ਵਿੱਚ ਮਹਾਰਾਜ ਨੇ, ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਉਹਨਾਂ ਨੇ ਆਤਮਕ ਜੀਵਨ ਵਾਲੀ ਇਹ ਸੋਝੀ ਬੀਜੀ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ, ਜਮ ਚੂਹਾ ਕਿਰਸ ਨਿਤ ਕੁਰਕ ਦਾ। ਇਹ ਪੋਸੀਬਿਲਿਟੀ ਹੈ, ਫਸਲ ਉੱਗ ਜਾਏ, ਸਭ ਕੁਛ ਹੋ ਜਾਏ, ਪਰ ਉੱਥੇ ਜਮ ਨਾਂ ਦਾ ਚੂਹਾ ਉਹ ਫਸਲ ਟੁੱਕਣ ਲੱਗ ਜਾਏ। ਕਿਰਸਾਨੀ 'ਚ ਆਪਣੇ ਦੇਖਿਆ ਹੋਣਾ, ਮਤਲਬ ਲੋਕ ਉੱਗੀ ਹੋਈ ਫਸਲ ਦੇ ਖੇਤਾਂ ਦੇ ਵਿੱਚ ਗੇੜੇ ਦਿੰਦੇ ਹੁੰਦੇ ਸੀ, ਵਿਚਕਾਰ ਫਸਲ ਦੇ, ਉਹ ਕਹਿਣਾ ਪੱਕੀ ਫਸਲ ਆ, ਵੱਟਾਂ ਦੇ ਤੁਰੋ ਵਿੱਚ ਕਿਉਂ? ਅਤੇ ਜਿਹੜੇ ਸਿਆਣੇ ਬਜ਼ੁਰਗ ਖੇਤੀ ਚੰਗੀ ਜਾਣਦੇ ਉਹ ਕਹਿੰਦੇ ਨਹੀਂ ਨਹੀਂ, ਕਿਸਾਨ ਨੂੰ ਇੱਕ ਇੱਕ ਬੂਟਾ ਵੇਖਣਾ ਚਾਹੀਦਾ ਹੈ, ਤੁਹਾਨੂੰ ਕੋਈ ਪਤਾ ਨਹੀਂ ਕਿਤੇ ਕੋਈ ਚੂਹਿਆਂ ਦੀ ਦੋ ਚਾਰ ਡਾਰਾਂ ਆ ਜਾਣ ਤਾਂ ਹੋਏਗਾ ਕੀ? ਈਵਨ ਕਹਿੰਦੇ ਇੰਨੀ ਅੱਜ ਅਸੀਂ ਵਧੀਆ ਤਰੀਕੇ ਨਾਲ ਸਭ ਚੀਜ਼ਾਂ ਨੂੰ ਕਰਨ ਦੇ ਕਾਬਲ ਹੋ ਗਏ ਹਾਂ, ਮਸ਼ੀਨੀਕਰਨ ਹੋ ਗਿਆ ਸਭ ਕੁਝ, ਇੰਨਾ ਲੱਖਾਂ ਲੱਖਾਂ ਟਨ ਅੰਨ ਅਨਾਜ ਜਿਹੜਾ ਆ ਗੋਦਾਮਾਂ ਦਾ ਨਹੀਂ, ਘਰਾਂ ਵਿੱਚ ਆਈ ਹੋਈ ਗਰੋਸਰੀ ਦਾ ਨਹੀਂ, ਖੇਤਾਂ ਵਿੱਚ ਉੱਗੇ ਹੋਇਆ ਸਭ ਤੋਂ ਵੱਧ ਨੁਕਸਾਨਾਂ ਵਾਲਾ ਚੂਹਾ ਹੈ ਅੱਜ ਦੀ ਦੁਨੀਆ ਦੇ ਵਿੱਚ। ਚੂਹਾ ਇਤਨਾ ਜ਼ਿਆਦਾ ਨੁਕਸਾਨਦੇਹ ਹਰ ਉਸ ਰੂਪ ਵਿੱਚ ਕਰ ਰਿਹਾ, ਅਤੇ ਜਦੋਂ ਕੁਝ ਦਵਾਈਆਂ ਕੁਝ ਮਸ਼ੀਨਾਂ ਕੁਛ ਨਹੀਂ ਸੀਗਾ ਉਦੋਂ ਕੀ ਹਾਲਤ ਹੁੰਦੀ ਹੋਏਗੀ? ਸੋ ਬਾਬਾ ਜੀ ਨੇ ਉਹਦੀ ਮਿਸਾਲ ਦਿੰਦੇ ਹੋਏ ਸਾਨੂੰ ਬਾਤ ਸਮਝਾਈ। ਕਿਹਾ ਚੇਤੇ ਰੱਖ ਜਮ ਚੂਹਾ ਕਿਰਸ ਨਿਤ ਕੁਰਕ ਦਾ, ਤੁਹਾਡੀ ਕੀਤੀ ਹੋਈ ਕਿਰਸਾਨੀ ਦੀ ਕਿਰਸ ਸਾਰੇ ਦੀ ਸਾਰੀ ਨੂੰ ਜਮ ਰੂਪੀ ਚੂਹਾ ਉਹ ਕੁਤਰ ਸਕਦਾ ਹੈ, ਉਹ ਨੁਕਸਾਨ ਸਕਦਾ ਹੈ, ਅਤੇ ਜਮ ਜਮ ਹੈ ਆਲੇ ਦੁਆਲੇ ਦਾ ਪ੍ਰਭਾਵ, ਇਹ ਪੋਸੀਬਿਲਿਟੀ ਹੈ। ਮੈਂ ਜੀਵਨ ਦੇ ਵਿੱਚ ਚੰਗਿਆਈਆਂ ਅੱਛਾਈਆਂ ਵਡਿਆਈਆਂ ਗੁਣ ਰੱਬੀ ਪੈ ਪਾਵ ਸਭ ਕੁਝ ਕਮਾਉਣ ਦੀ ਕੋਸ਼ਿਸ਼ ਕਰਾਂ, ਪਰ ਜਮ ਦਾ ਪ੍ਰਭਾਵ ਉਹ ਆ ਕੇ ਸਾਰੀ ਉੱਗੀ ਹੋਈ ਫਸਲ ਕੁਤਰ ਕੇ ਨੁਕਸਾਨ ਦੇ। ਮਹਾਰਾਜ ਬਿਆਨ ਕਰਦੇ ਕੀ ਹੋਇਆ, ਇਹ ਜਮ ਚੂਹਾ ਕਿਰਸ ਨਿਤ ਕੁਰਕ ਦਾ, ਹਰ ਕਰਤਾ ਮਾਰ ਕਢਾਇਆ,
ਜਦੋਂ ਕਿਤੇ ਤਰਸ ਦੇ ਘਰ ਵਿੱਚ ਆਵੇ ਮਾਲਕ, ਉਹ ਆਵੇ ਗੇੜਾ ਦੇ ਖੇਤ ਵਿੱਚ, ਉਹ ਦੇਖੇ ਚਾ ਚੂਹਾ ਪੈ ਰਿਹਾ, ਉਹ ਕਰੇਗਾ ਕੀ, ਉਹ ਚੂਹੇ ਨੂੰ ਮਾਰ ਕੇ ਉੱਥੋਂ ਮਤਲਬ ਜਿਹੜਾ ਹੈਗਾ ਬਾਹਰ ਸੱਟ ਦੇਗਾ, ਖਤਮ ਕਰ ਦੇਗਾ। ਇਨ ਬਿਨ ਹੈ ਅਸੀਂ ਗਾਹੇ ਬਗਾਹੇ ਆਪਣੀਆਂ ਸੋਚਾਂ ਨੂੰ, ਆਪਣੇ ਵਿਚਾਰਾਂ ਨੂੰ ਗੁਰਬਾਣੀ ਦੇ ਨਾਲ ਟੈਲੀ ਕਰੀਏ, ਗੁਰਸ਼ਬਦ ਦੀ ਆਭਾ ਨੂੰ ਵਾਰ ਵਾਰ ਸੁਣੀਏ, ਪੜ੍ਹੀਏ, ਸਮਝੀਏ। ਜਿਵੇਂ ਆਪ ਜੀ ਨੇ ਸਵੇਰ ਦਾ ਹੀ ਜੇ ਹੁਕਮਨਾਮਾ ਬਾਰ ਪੜ੍ਹਿਆ ਹੋਏ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ, ਬਿਨ ਨਾਮ ਹੈ ਜਗ ਕਮਲਾ ਫਿਰਿਆ ਗੁਰਮੁਖ ਨਦਰੀ ਆਇਆ। ਭਾਈ ਪੋਸੀਬਿਲਿਟੀ ਹੈ, ਬਿਨਾਂ ਨਾਮ ਤੋਂ ਸੰਸਾਰ ਪਾਗਲ ਕਮਲਾ ਮੈਡਨੈਸ 'ਚ ਚਲਾ ਜਾਏ। ਪਰ ਹਾਂ, ਜੇ ਕਿਤੇ ਦਾਤਾ ਤਰਸ ਦੇ ਘਰ ਵਿੱਚ ਆਵੇ ਤਾਂ ਫਿਰ ਜਿਹੜਾ ਅੰਦਰ ਹੀ ਅੰਮ੍ਰਿਤ ਪਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਜਾਇਆ ਪਾਇਆ, ਜਿਹਨੇ ਮਨ ਦੇ ਮੁਰੀਦਾਂ ਨੂੰ ਇਹ ਅਹਿਸਾਸ ਨਹੀਂ ਕਿ ਸਾਡੇ ਅੰਦਰ ਹੀ ਦਾਤੇ ਦੀ ਦਾਤ ਪਈ ਹੈ। ਜਦੋਂ ਕਿਤੇ ਬੰਦਾ ਅਹਿਸਾਸ ਦੀ ਸੁਰਤ 'ਚ ਆਉਂਦਾ ਫਿਰ ਕਹਿੰਦਾ ਕੋਈ ਨਾ, ਮਾਲਕ ਦਾ ਮਿੰਨਤ ਕਰਦੇ ਹਾਂ, ਤਰਲਾ ਕਰਦੇ ਹਾਂ। ਉਹ ਮਨ ਖੇਤ ਵਿੱਚ ਗੇੜਾ ਮਾਰੇਗਾ, ਜੋ ਕੋਈ ਚੂਹਿਆਂ ਵਰਗੀ ਅਲਾਮਤ ਅੰਦਰ ਤੁਰੀ ਫਿਰਦੀ ਉਹਨੂੰ ਮਾਰ ਕੇ ਬਾਹਰ ਕੱਢ ਦੇਗਾ, ਬਚਾ ਦੇਗਾ ਸਾਡੇ ਜੀਵਨ ਨੂੰ। ਇਹਨੂੰ ਮਹਾਰਾਜ ਕਹਿੰਦੇ, ਜਦੋਂ ਮੈਂ ਇਸ ਤਰੀਕੇ ਨਾਲ ਉਹਦੇ ਸਾਹਮਣੇ ਅਰਦਾਸ ਕੀਤੀ ਨਾ ਤਾਂ ਉਹਨੇ ਇੱਕ ਤਰਸ ਕੀਤਾ ਮੇਰੇ 'ਤੇ। ਕੀ ਕਿਹਾ? ਕਹਿੰਦੇ ਉਹ ਘਰ ਆ ਗਿਆ, ਉਹਨੇ ਗੇੜਾ ਮਾਰਿਆ ਆਪਣੇ ਖੇਤ ਵਿੱਚ, ਨਸ ਵੰਜੋ ਕਿਲ ਵਿਖੋ ਕਰਤਾ ਘਰੇ ਆਇਆ। ਉਹਨੇ ਕਿਹਾ ਖਬਰਦਾਰ, ਕਿਲ ਵਿਖੋ ਮਾੜੀਓ ਬਿਰਤੀਓ, ਤੁਸੀਂ ਹੁਣ ਤਗੜੀਆਂ ਹੋ ਜਾਓ। ਕਿਉਂ? ਕਿਉਂਕਿ ਮੈਂ ਖੇਤ ਦਾ ਮਾਲਕ ਹਾਂ, ਮੈਂ ਆ ਗਿਆ ਹਾਂ, ਮੈਂ ਘਰ ਦਾ ਮਾਲਕ ਹਾਂ, ਮੈਂ ਆ ਗਿਆ, ਹੁਣ ਮੈਂ ਤੁਹਾਨੂੰ ਇਹ ਖੇਤ ਨਹੀਂ ਖਾਣ ਦੇਵਾਂਗਾ। ਉਹ ਫਿਰ ਉਹਨੂੰ ਮਾਰ ਕੇ ਦੁੜਾ ਦਿੰਦਾ ਉੱਥੋਂ। ਇੱਕ ਤਰ੍ਹਾਂ ਦਾ ਮੈਟਾਫੋਰ ਦੱਸਦੇ ਬਾਬਾ ਜੀ ਨੇ, ਕਿਹਾ ਆਪਣੇ ਜੀਵਨ ਦੀਆਂ ਕਮਜ਼ੋਰੀਆਂ ਅਲਾਮਤਾਂ ਤੋਂ ਬਚਣ ਵਾਸਤੇ ਵਾਹਿਗੁਰੂ ਦਾ ਓਟ ਆਸਰਾ ਲਵੋ। ਬਚਨ ਆ ਰਿਹਾ, ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤਾ ਮਾਰ ਕਢਾਇਆ, ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਕਿਰਸਾਣੀ ਜੰਮਦੀ ਹੈ ਕਿਵੇਂ? ਭਾਉ ਕਰ। ਆਪਾਂ ਬੀਤੇ ਕੱਲ੍ਹ ਵੀ ਥੋੜ੍ਹੀ ਜਿਹੀ ਬਾਤ ਪਾਈ ਸੀ, ਹੁਕਮਨਾਮੇ ਦਾ ਵਾਕ ਹੀ ਕਈ ਵਾਰੀ ਆਉਂਦਾ ਸਾਡੇ, ਅਸੀਂ ਬਚਨ ਪੜ੍ਹਦੇ ਹਾਂ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜੰਮ ਸੀ ਸੇ ਕਰ ਭਾਗਟ ਦੇਖ। ਭਾਉ ਕਰਮ ਕਰ ਜੰਮ ਸੀ, ਪ੍ਰੇਮਾ ਭਗਤੀ ਦੇ ਨਾਲ ਕਰਮ ਕਰ। ਬੰਦਾ ਚੰਗੇ ਕੰਮ ਕਰ ਲੈਂਦਾ ਥੋੜ੍ਹੇ ਬਹੁਤੇ, ਪਰ ਉਹ ਕਰਨ ਦਾ ਜਿਹੜਾ ਕਾਰਨ ਬਣਦਾ ਆ ਉਹਦੇ 'ਚ ਵੀ ਕੁੜਦਾ ਕਰੁੱਝਦਾ ਆ, ਕਰ ਲੈਂਦਾ ਤਾਂ ਫਿਰ ਹੰਕਾਰ ਦੀ ਟੀਸੀ 'ਤੇ ਜਾ ਚੜ੍ਹਦਾ। ਬਾਬਾ ਜੀ ਕਹਿੰਦੇ ਨਹੀਂ, ਭਾਉ ਕਰਮ ਕਰ ਜੰਮ ਸੀ, ਪ੍ਰੇਮਾ ਭਗਤੀ ਦੇ ਵਿੱਚ ਭਾਉ ਕਰ। ਛੋਟੀ ਜਿਹੀ ਮਿਸਾਲ ਦੇ ਦਿੰਦਾ ਵਾਂ, ਕਿਉਂਕਿ ਲਗਾਤਾਰ ਬਾਣੀ ਦੀ ਬਾਤ ਕਰਦੇ ਹਾਂ, ਕਈ ਵਾਰੀ ਮਨ ਨਾਲ ਜਿਹੜਾ ਉਹ ਟਰੈਵਲ ਨਹੀਂ ਕਰਦਾ। ਮੈਨੂੰ ਯਾਦ ਆ, ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਵਾਜ਼ ਇਨ ਔਕਲੈਂਡ ਨਿਊਜ਼ੀਲੈਂਡ, ਅਤੇ ਉੱਥੇ ਦੀਵਾਨ ਲਗਾਤਾਰ ਜਿਵੇਂ ਸਾਡੇ ਇੱਥੇ ਹੁੰਦੇ, ਹੁਣ ਤਾਂ ਖੈਰ ਸੰਗਤਾਂ ਉੱਥੇ ਵੀ ਖੂਬ ਹੋ ਗਈਆਂ, ਉਦੋਂ ਬਹੁਤੀ ਸੰਗਤ ਨਹੀਂ ਸੀ ਹੁੰਦੀ, ਅਤੇ ਦੀਵਾਨ ਸਪੈਸ਼ਲ ਲੱਗਦੇ ਹੁੰਦੇ ਸੀ, ਕੋਈ ਕਿਸੇ ਵਿਦਵਾਨ ਸੱਜਣ ਨੂੰ ਬੁਲਾਉਣਾ ਉਹਨਾਂ ਨੇ ਉੱਥੇ, ਅਤੇ ਕੋਈ ਮਹੀਨਾ ਦੋ ਵੀਕਾਂ ਤਿੰਨ ਵੀਕਾਂ ਦੀਵਾਨ ਚੱਲਣਾ, ਸ਼ਾਮ ਦਾ ਦੀਵਾਨ ਹੋਣਾ, ਅਤੇ ਫਿਰ ਇੱਕ ਵੱਡਾ ਦੀਵਾਨ ਇਤਵਾਰ ਦਾ ਹੋਣਾ ਦੁਪਹਿਰ ਦਾ। ਦੁਪਹਿਰ ਦੇ ਦੀਵਾਨ ਤੋਂ ਬਾਅਦ ਫਿਰ ਸ਼ਾਮ ਨੂੰ ਸਿਰਫ ਰਹਿਰਾਸ ਸਾਹਿਬ ਦਾ ਪਾਠ ਕਰਕੇ ਅਤੇ ਸੁੱਖ ਆਸਣ ਕਰ ਦੇਣਾ, ਕੋਈ ਹੋਰ ਦੀਵਾਨ ਨਹੀਂ ਹੋਣਾ। ਖੈਰ, ਦੁਪਹਿਰ ਦਾ ਮੇਨ ਦੀਵਾਨ ਲੱਗਾ, ਸੰਗਤਾਂ ਖੂਬ ਆਈਆਂ, ਪ੍ਰਸ਼ਾਦਾ ਪਾਣੀ ਛਕਿਆ, ਸੰਗਤਾਂ ਚਲੀਆਂ ਗਈਆਂ। ਦੁਪਹਿਰ ਬਾਅਦ ਜਿਹੜੇ ਉਹ ਮੁੱਖ ਸੇਵਾਦਾਰ ਸੀਗੇ ਉਹ ਵਾਪਸ, ਰੂਟੀਨ ਉਹਨਾਂ ਦੀ ਇਸ ਤਰ੍ਹਾਂ ਹੀ ਹੁੰਦੀ ਸੀ, ਉਹ ਆਏ ਨਾਲ ਕੋਈ ਉਹਨਾਂ ਦੇ ਕਦੋਂ ਹੈਲਪਰ ਸੀਗੇ, ਉਹ ਫਿਰ ਸਾਰੀ ਗੁਰਦੁਆਰਾ ਸਾਹਿਬ ਦੀ ਸਫਾਈ ਕਰਨ ਲੱਗੇ, ਸਾਰੀ ਸਫਾਈ ਕਰ ਰਹੇ ਨੇ। ਉਹਨਾਂ ਦੇ ਨਾਲ ਇੱਕ ਸੱਜਣ ਆ, ਉਸਨੂੰ ਡੋਮੈਸਟਿਕ ਵਾਇਲੈਂਸ ਦੀ ਪ੍ਰੋਬਲਮ ਕਰਕੇ ਕੋਰਟ ਨੇ ਕਮਿਊਨਿਟੀ ਸਰਵਿਸ ਲਾਈ ਹੈ,
ਉਹ ਵੀ ਆਏ, ਉਹ ਮੈਨੂੰ ਤਾਂ ਪਤਾ ਕਿਉਂਕਿ ਹਫ਼ਤਾ ਜਦੋਂ ਪਹਿਲਾਂ ਮੈਨੂੰ ਇੱਕ ਵੀਕ ਹੋ ਗਈ ਸੀ ਪੂਰੀ, ਤਾਂ ਉਹ ਮੇਰੇ ਕੋਲ ਇੱਕ ਦੋ ਵਾਰੀ ਉਹਨਾਂ ਨੂੰ ਕੋਈ ਕਾਉਂਸਲਿੰਗ ਵਾਸਤੇ ਲੈ ਕੇ ਕਲਾਸਿਸ ਵਗੈਰਾ ਲਵਾਉਣ ਲਈ, ਭਾਈ ਸਾਹਿਬ ਇਹਨੂੰ ਕੁਛ ਸਮਝਾਓ ਇਸ ਤਰੀਕੇ ਨਾਲ, ਮੁਸ਼ਕਲ ਬਣ ਗਈ, ਆਹ ਹੋ ਗਿਆ ਇਸ ਤਰੀਕੇ ਨਾਲ। ਖੈਰ ਉਹ ਵਾਸ਼ਰੂਮਸ ਵਗੈਰਾ ਕਲੀਨ ਕਰ ਰਹੇ ਨੇ, ਮੁੱਖ ਸੇਵਾਦਾਰ ਨਾਲ ਹੈ, ਬਾਕੀ ਉਹ ਬੜੇ ਸਭ ਕਰ ਰਹੇ ਇਸ ਰੂਪ ਵਿੱਚ। ਮੈਂ ਨਾਲ ਦੀ ਉਸ ਵਾਸ਼ਰੂਮ ਦੀ ਐਲੀ ਦੇ ਵਿੱਚੋਂ ਲੰਘ ਰਿਹਾ ਹਾਂ, ਅਤੇ ਉਹ ਅੰਦਰ ਖਿੱਝ ਰਿਹਾ ਬੰਦਾ ਜਿਹੜਾ ਕਮਿਊਨਿਟੀ ਸਰਵਿਸ ਜਿਹਨੂੰ ਲਗਾਈ ਹੈ, ਖਿਝਿਆ ਹੋਇਆ ਕਹਿ ਰਿਹਾ ਦੇਖੋ ਲੋਕੀ ਆਪਣੇ ਨਿਆਣੇ ਨਹੀਂ ਡੱਕਦੇ, ਆਹ ਦੇਖੋ ਟਿਸ਼ੂ ਪੇਪਰ ਦਾ ਕੀ ਹਾਲ ਕੀਤਾ, ਆਹ ਦੇਖੋ ਕਿਵੇਂ ਟਿਸ਼ੂ ਪੇਪਰ ਗਿੱਲੇ ਕਰ ਕਰਕੇ ਛੱਤ ਨੂੰ ਚਿਪਕਾਏ ਨੇ, ਆਹ ਮਤਲਬ ਖੂਬ ਸਾਰਾ ਉਹ ਕੱਢ ਰਿਹਾ ਕੁੱਢ ਰਿਹਾ ਇਸ ਰੂਪ ਦੇ ਵਿੱਚ ਸਾਰੀ ਬਾਤ ਹੋ ਰਹੀ। ਜਿਹੜਾ ਮੁੱਖ ਸੇਵਾਦਾਰ ਸੱਜਣ ਨੇ ਉਹ ਹੱਸ ਰਿਹਾ, ਅਤੇ ਉਹ ਕਹਿੰਦਾ ਕਮਾਲ ਹੈ ਤੁਸੀਂ ਹੱਸ ਰਹੇ, ਤੁਸੀਂ ਦੇਖੋ ਨਾ ਸਾਰਾ ਖਿਲਾਰਾ ਖਿਲ ਰਿਹਾ ਇੱਥੇ, ਦੱਸਣਾ ਚਾਹੀਦਾ, ਕਹਿਣਾ ਚਾਹੀਦਾ ਆਪਣੇ ਨਿਆਣਿਆਂ ਨੂੰ ਰੋਕੋ ਸਭ ਕੁਛ। ਉਹ ਕਹਿੰਦੇ ਕੋਈ ਨਾ ਕਹਿ ਦਿਆਂਗੇ, ਨਿਆਣੇ ਨੇ ਆਖਿਰਕਾਰ, ਨਿਆਣਿਆਂ ਨੇ ਥੋੜ੍ਹਾ ਬਹੁਤ ਕਰਨਾ ਹੁੰਦਾ, ਆਪਣਾ ਸੋਚ ਤੂੰ ਵੀ ਦਿਲ ਤਾਂ ਕਰਦਾ ਹੀ ਹੋਏਗਾ। ਕਹਿਣ ਲੱਗਾ ਲੈ ਤੁਸੀਂ ਮੈਨੂੰ ਕਹੀ ਜਾ ਰਹੇ ਹੋ ਵੀ ਇਸ ਰੂਪ ਦੇ ਵਿੱਚ। ਖੈਰ ਉਹ ਅਖੀਰ ਕਹਿੰਦੇ ਕਹਿੰਦੇ ਗੱਲ ਇਹ ਹੈ ਵੀ ਸੱਜਣਾ ਜੇ ਤੇਰੇ ਤੋਂ ਨਹੀਂ ਹੁੰਦਾ ਤੂੰ ਰਹਿਣ ਦੇ ਕੁੜਨਾ ਕਿਉਂ ਪਿਆ, ਮੈਂ ਕਰ ਲਾਂਗਾ ਆਪੇ, ਮੁਸਕਰਾਉਂਦੇ ਹੋਏ ਗੱਲ ਕਹਿ ਦਿੱਤੀ। ਕਹਿੰਦੇ ਲੈ ਤੁਸੀਂ ਕੀਤਾ ਮੈਂ ਕੀਤਾ ਗੱਲ ਤਾਂ ਇੱਕੋ ਹੀ ਹੋਈ ਨਾ, ਭਲਾ ਉਹਨਾਂ ਨੂੰ ਕਹਿਣ ਤੋਂ ਰੋਕਣਾ ਚਾਹੀਦਾ। ਅਤੇ ਫਿਰ ਉਹਨੇ ਜਵਾਬ ਦਿੰਦਾ ਕਹਿਣ ਲੱਗਾ ਉਹਨਾਂ ਦਾ ਸ਼ੁਕਰ ਕਰਿਆ ਕਰ, ਧੰਨਵਾਦ ਕਰਿਆ ਕਰ, ਉਹ ਕੁਝ ਖਿਲਾਰਾ ਖਿਲਾਰਦੇ ਨੇ ਆ ਕੇ ਗੰਦ ਪਾਉਂਦੇ ਨੇ, ਮੈਂ ਅਤੇ ਤੂੰ ਸੇਵਾ ਕਰਦੇ ਹਾਂ, ਕੋਈ ਇੱਥੇ ਕੁਛ ਨਾ ਕਰੇ ਅਸੀਂ ਕੀ ਕਰਾਂਗੇ, ਭਾਉ ਕਰਮ ਕਰ ਜਮ ਸੀ। ਦੇਖੋ ਸੰਸਾਰ ਆ ਇਹਦੇ ਵਿੱਚ ਬਿਲਕੁਲ ਘਰ ਦੇ ਕਲੋਜ਼ ਇਨਵਾਇਰਮੈਂਟ ਤੋਂ ਲੈ ਲਵੋ, ਉੱਥੋਂ ਬਾਅਦ ਸ਼ੁਰੂ ਹੁੰਦੀ ਹੈ। ਅਕਸਰ ਹੋਇਆ ਸਾਨੂੰ ਕੋਈ ਥੋੜ੍ਹਾ ਬਹੁਤਾ ਕੰਮ ਕਰਨਾ ਪੈ ਗਿਆ ਘਰ ਵਾਸਤੇ, ਭੈਣ ਭਰਾਵਾਂ ਵਾਸਤੇ, ਬੱਚਿਆਂ ਵਾਸਤੇ, ਅਸੀਂ ਕੁੱਟਦੇ ਹਾਂ, ਲੈ ਮੈਂ ਕਰਦਾ ਰਹਿ ਗਿਆ, ਉਹ ਭਰਿਆ ਤੈਨੂੰ ਕੁਦਰਤ ਨੇ ਤੌਫੀਕੀਅਤ ਦਿੱਤੀ, ਸ਼ੁਕਰ ਮਨਾ ਉਹਦਾ। ਇਹ ਹੈ ਕਈ ਕੋਟ ਘਾਲੈ ਥਕ ਪਾਹੇ, ਕਈ ਕੋਟ ਬੈਠਤ ਹੀ ਖਾਹੇ। ਮਾਲਕ ਨੇ ਡਿਊਟੀ ਲਾਈ ਕਿਸੇ ਦੀ ਕਿਸ ਪਾਸੇ ਲਾ ਦਿੱਤੀ, ਕਿਸੇ ਦੀ ਕਿਸ ਪਾਸੇ ਲਾ ਦਿੱਤੀ, ਅਤੇ ਕੋਈ ਨਾ ਦਾਤੇ ਨੇ ਮੈਨੂੰ ਐਨਰਜੀ ਦਿੱਤੀ ਹੈ, ਮੈਂ ਲੱਗਾ ਬਹੁਤ ਵਧੀਆ, ਧੰਨਵਾਦੀ ਹੋਣਾ ਚਾਹੀਦਾ। ਭਾਉ ਕਰਮ ਇੱਥੋਂ ਹੀ ਫਿਰ ਸੁਸਾਇਟੀ ਸਮਾਜ ਦੇ ਵਿੱਚ ਹੁੰਦਾ ਹੈ, ਜਿੱਥੇ ਬੰਦਾ ਕਰਦਾ ਅਤੇ ਜਿਤਾਉਂਦਾ, ਫਿਰ ਜਿਤਾਉਣ ਤੋਂ ਬਿਨਾਂ ਅਹੰਗ ਦਾ ਮਹਾਰਾਜ ਕਹਿੰਦੇ ਭਾਉ ਕਰਮ ਨਹੀਂ ਗਾ। ਇਹ ਤਾਂ ਇੱਕ ਤਰੀਕੇ ਦੇ ਬੰਦੇ ਦੇ ਕੁੜਨ ਵਾਲੀ ਬਾਤ ਬਣ ਰਹੀ ਹੈ ਕਿ ਸ਼ਬਦ ਇਸ ਪਾਸੇ ਜਾਣਾ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ ਇਸ ਪਾਵਨ ਪਦੇ ਦੇ ਵਿੱਚ, ਸਭ ਕਹਿੰਦੇ ਕਿ ਕਿਰਸਾਣੀ ਜੰਮੀ ਭਾਉ ਕਰ, ਜਿਨ੍ਹਾਂ ਨੇ ਪ੍ਰੇਮਾ ਭਗਤੀ ਦੇ ਉਸ ਰੰਗ ਨੂੰ ਰੰਗਿਆ ਰੱਖਿਆ, ਉਹਨਾਂ ਦੇ ਜੀਵਨ 'ਚ ਕਿਰਸਾਨੀ ਜੰਮ ਗਈ, ਹਰ ਬੋਹਲ ਬਖਸ਼ ਜਮਾਇਆ, ਵਾਹਿਗੁਰੂ ਨੇ ਬਖਸ਼ਿਸ਼ਾਂ ਦਾ ਬੋਹਲ ਜਮਾ ਦਿੱਤਾ। ਇੰਝ ਲੱਗਾ ਜਿਵੇਂ ਨਵਾਜਿਸ਼ ਹੀ ਹੋ ਗਈ, ਉਹਨੇ ਨਵਾਜ ਹੀ ਦਿੱਤਾ, ਪਰ ਜਿਨ੍ਹਾਂ ਕੋਲ ਇਹ ਬੋਲ ਨਹੀਂ ਲੱਗਾ, ਜਿਨ੍ਹਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋਈ, ਮਹਾਰਾਜ ਨੇ ਉਹਨਾਂ ਦੀ ਬਾਤ ਵੀ ਕੀਤੀ। ਕਹਿਣ ਲੱਗੇ ਤਿਨਕਾ ਕਾੜਾ ਅੰਦੇਸਾ ਸਭ ਲਾਹੇ ਉਹਨੇ ਜਿਹਨੇ ਸਤਿਗੁਰ ਪੁਰਖ 'ਤੇ ਆਇਆ, ਜਿਨ੍ਹਾਂ ਨੇ ਧਿਆ ਲਿਆ ਉਹਨਾਂ ਦੇ ਕਾੜੇ ਅੰਦੇਸੇ ਸਭ ਮਿਟ ਗਏ। ਕਾੜੇ ਅੰਦੇਸੇ ਕਰੁਜਨਾ ਸਿਜ ਰਿਜਨਾ, ਇਸ ਰੂਪ ਦੇ ਵਿੱਚ ਉਹ ਨਹੀਂ ਮੌਲਿਕ ਰੂਪ ਜੀਵਨ 'ਚ ਰਿਹਾ। ਅਦਰਵਾਈਜ਼ ਜਿੱਥੇ ਬੰਦੇ ਨੂੰ ਲੱਗਦਾ ਆ ਕਿ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ, ਮੇਰਾ ਮਨ ਪਾਉਂਦਾ, ਮੈਨੂੰ ਆਹ ਨਹੀਂ ਮਿਲਿਆ, ਬੰਦਾ ਅੰਦਰੋਂ ਕੁਰਜਦਾ ਕੁੜਦਾ ਹੈ, ਗੁਰੂ ਬਾਬਾ ਜੀ ਕਹਿੰਦੇ ਇਹ ਸਭ ਚੀਜ਼ਾਂ ਉਹਨਾਂ ਦੀਆਂ ਖਤਮ ਹੋ ਗਈਆਂ। ਤਿਨਕਾ ਕਾੜਾ ਅੰਦੇਸਾ ਸਭ ਲਾਹੇ ਹੁਣ ਜਿਨੀ ਸਤਿਗੁਰ ਪੁਰਖ ਤੇ ਆਇਆ, ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ। ਹੇ ਨਾਨਕ ਕਹਿ ਜਿਨ੍ਹਾਂ ਨੇ ਨਾਮ ਦੀ ਆਰਾਧਨਾ ਕੀਤੀ ਉਹਨਾਂ ਨੇ ਆਪ ਤਰਨਾ ਕੀਤਾ, ਹੋਰਨਾਂ ਨੂੰ ਤਾਰਨ ਦੀ ਉਹਨਾਂ ਦੇ ਵਿੱਚ ਪ੍ਰੇਰਨਾ ਸੰਭਾਵਨਾ ਬਣ ਗਈ। ਇਸ ਤਰੀਕੇ ਨਾਲ ਸਮਝ ਲਈਏ, ਜਿਵੇਂ ਸਪੋਜ਼ ਮਿਸਾਲੀ ਤੌਰ 'ਤੇ ਬਾਤ ਕਰਨੀ ਹੋਏ, ਇੱਕ ਲਿਖਾਰੀ ਹੈ ਖਲੀਲ ਜ਼ਿਬਰਾਨ, ਬੜਾ ਪੜ੍ਹਿਆ ਜਾਂਦਾ, ਯੰਗ ਬੱਚੇ ਅਜੇ ਵੀ ਬਹੁਤ ਪੜ੍ਹਦੇ, ਜਿਹੜੇ ਲਿਟਰੇਚਰ ਦੇ ਸ਼ੌਕੀਨ ਨੇ ਬੱਚੇ, ਅਤੇ ਉਹ ਚੁੱਕ ਜਗ੍ਹਾ 'ਤੇ ਬੜੀ ਉਹਦੀ ਕਮਾਲ ਦੀ ਗੱਲ ਲਿਖੀ ਉਸਨੇ। ਉਹ ਉਹਨੂੰ ਕੋਈ ਸ਼ਖਸ ਪੁੱਛਦਾ ਆ ਕਿ
ਖਲੀਲ ਪਾਪ ਕੀ ਹੁੰਦਾ ਆ? ਉਹ ਕਹਿੰਦਾ ਪਾਪ ਬਹੁਤ ਵੱਡੀ ਚੀਜ਼ ਆ। ਕਹਿੰਦਾ ਫਿਰ ਵੀ ਕਹਿੰਦਾ ਕੀ ਹੁੰਦਾ ਆ? ਉਹਦੇ ਸਾਹਮਣੇ ਇੱਕ ਸ਼ਖਸ ਮਤਲਬ ਸਿਗਾਰ ਜਿਹੜਾ ਜਗਤ ਜੂਠ ਹੁੰਦੀ ਉਹ ਪੀ ਰਿਹਾ। ਕਹਿੰਦਾ ਉਹ ਦੇਖ ਸ਼ਖਸ ਉਹ ਕਰ ਰਿਹਾ। ਕਹਿੰਦਾ ਲੈ ਆਪਣੀ ਸਿਹਤ ਖਰਾਬ ਕਰ ਰਿਹਾ, ਹੋਰ ਕੀ ਕਰ ਰਿਹਾ, ਇਹ ਪਾਪ ਥੋੜ੍ਹਾ ਕੋਈ? ਕਹਿਣ ਲੱਗਾ ਨਹੀਂ, ਬੜੇ ਧਿਆਨ ਨਾਲ ਫਿਰ ਦੇਖ। ਇਹਨੂੰ ਦੇਖਦੇ ਨੂੰ ਪੀਂਦੇ ਹੋਏ ਨੂੰ ਰਾਹ 'ਚ ਤੁਰੇ ਜਾਂਦੇ ਬੱਚੇ ਦੋ ਚਾਰ ਸ਼ਖਸ, ਉਹਨਾਂ ਨੇ ਪੀਣਾ ਸ਼ੁਰੂ ਕਰਨਾ। ਇੱਕ ਦਿਨ ਕੀ ਹੋਣਾ, ਇਹ ਹੋ ਸਕਦਾ ਕਹੇ ਆਪਾਂ ਛੱਡਤਾ ਜੀ, ਆਪਾਂ ਪੀਣੀ ਛੱਡਤਾ, ਆਪਾਂ ਇਹ ਜਿਹੜਾ ਹੈ ਇਸ ਰੂਪ ਦੇ 'ਚ ਆਪਾਂ ਹੁਣ ਸਿਹਤ ਦਾ ਧਿਆਨ ਕਰਦੇ ਹਾਂ। ਕਹਿੰਦੇ ਠੀਕ ਹੈ, ਇਹਦਾ ਸਿਹਤ ਦਾ ਨੁਕਸਾਨ ਹੋਣਾ ਬੰਦ ਹੋ ਗਿਆ। ਪਰ ਇਹਦੇ ਵੱਲ ਵੇਖ ਕੇ ਦੋ ਚਾਰ ਪੰਜ ਦਸ ਬੰਦੇ ਹੋਰ ਇਸ ਤਰੀਕੇ ਦੀ ਚੀਜ਼ ਨੂੰ ਪੀਣ ਲੱਗ ਗਏ। ਆਖਿਰਕਾਰ ਜਦੋਂ ਉਹਨਾਂ ਦੀਆਂ ਸਿਹਤਾਂ ਖਰਾਬ ਹੋਣੀਆਂ ਨੇ, ਉਹਨਾਂ ਦਾ ਜੀਵਨ ਨੁਕਸਾਨਿਆ ਜਾਣਾ, ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਇਹ ਸ਼ਖਸ ਹੋਏਗਾ। ਇਹ ਜਿਹੜਾ ਆਪਣੇ ਵੱਲੋਂ ਤੁਰ ਕੇ ਇੱਕ ਚੇਨ ਚੱਲਦੀ ਹੈ, ਬੰਦਾ ਕਈ ਵਾਰੀ ਅਹਿਸਾਸਦਾ ਇਟਸ ਮੀ ਐਂਡ ਜਸਟ ਆਈ ਐਮ ਡੂਇੰਗ ਸਮਥਿੰਗ, ਨੋ ਨੋ ਨੋ, ਤੂੰ ਅੰਦਾਜ਼ਾ ਲਾ ਇਹਦਾ ਪ੍ਰਭਾਵ ਇੰਪੈਕਟ ਕਿਸ ਲੈਵਲ 'ਤੇ ਕਿਸ ਚੇਨ ਦੇ ਵਿੱਚ ਜਾਣਾ ਹੈ। ਇਸ ਬਿਨ ਚੰਗੇ ਦਾ ਵੀ ਹੈ, ਨਾਮ ਦੇ ਅਹਿਸਾਸ 'ਚ ਜੀਣਾ, ਵਾਹਿਗੁਰੂ ਦੇ ਪੈ ਭਾਵ ਵਿੱਚ ਜੀਣਾ, ਨਿਰਮਲ ਪੈ ਭਾਵ ਦੇ ਵਿੱਚ ਰਹਿਣਾ, ਭਲੇ ਵਾਸਤੇ ਉਜਾਗਰ ਹੋਣਾ, ਭਲੇ ਦੇ ਕਾਰਜਾਂ 'ਚ ਲੱਗਣਾ। ਬਾਬਾ ਜੀ ਕਹਿੰਦੇ ਇਹ ਨਾਮ ਦਾ ਅਹਿਸਾਸ ਤੂੰ ਕਰੇਗਾ, ਤੈਨੂੰ ਵੇਖ ਕੇ ਕੋਈ ਹੋਰ ਕਰੇਗਾ। ਜਿਵੇਂ ਪਾਪ ਦਾ ਕਹਿੰਦੇ ਨੇ ਉਹਦਾ ਸਬਾਬ, ਉਹਦਾ ਖਾਸ ਕਰਕੇ ਜਿਹੜਾ ਫਲ ਮਿਲੀ ਜਾਂਦਾ ਅੱਗੇ, ਇਹਨੇ ਬਿਨ ਪੁੰਨ ਦਾ ਸਵਾਬ ਵੀ ਮਿਲਦਾ ਉਸੇ ਰੂਪ ਦੇ ਵਿੱਚ। ਬਾਬਾ ਜੀ ਨੇ ਉਹਦੀ ਬਾਤ ਕੀਤੀ, ਕਿਹਾ ਜਿਹਨੂੰ ਰੱਬ ਜੀ ਨੇ ਇਸ ਕਿਸਮ ਦੀ ਕਿਰਸਾਨੀ ਬੋਣ ਦੀ ਜਾਤ ਸਿਖਾ ਦਿੱਤੀ ਨਾ, ਤਾਂ ਉਹਦੀ ਹਾਲਤ ਇਹ ਬਣੀ ਕਿ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ, ਉਹ ਆਪ ਤਰ ਗਿਆ, ਸਭ ਜਗਤ ਤਰਾਇਆ, ਉਹਦੇ ਇੰਪੈਕਟ ਸਦਕਾ ਆਲੇ ਦੁਆਲੇ ਸੰਸਾਰ 'ਤੇ ਭਲੇ ਦੇ ਕਾਰਜ ਵੀ ਹੋਣੇ ਸ਼ੁਰੂ ਹੋ ਗਏ। ਅਗਲਾ ਸਲੋਕ ਸ਼ੁਰੂ ਹੋ ਰਿਹਾ, ਮਹੱਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁੱਖ ਹੋ ਰਹੇ ਗੱਲਾਂ, ਲਾਲਚ ਅਟਿਆ। ਫਿਰ ਹੁਕਮਨਾਮੇ ਦੀ ਬਾਤ ਕਰਦਾ ਜੋ ਪ੍ਰਭਾਤ ਸਮੇਂ ਆਇਆ, ਧੰਦਾ ਕਰਦਿਆਂ ਨਿਹਫਲ ਜਨਮ ਗਵਾਇਓ, ਸੁਖਦਾਤਾ ਮਨ ਨਾ ਵਸਾਇਆ। ਬੇਨਤੀ ਕਰ ਰਿਹਾ ਸੀਗਾ ਸਵੇਰੇ ਵੀ, ਸੁੱਖਾਂ ਦੇ ਸਾਧਨ ਜੁਟਾਉਣ ਲਈ ਬੇਤਹਾਸ਼ਾ ਐਫਰਟ ਪਾਈ ਗਈ, ਸੁਖਦਾਤੇ ਨੂੰ ਮਨ 'ਚ ਨਹੀਂ ਵਸਾਇਆ। ਘਰ ਦੀ ਜਿੱਥੋਂ ਦਰਵਾਜ਼ਾ ਸ਼ੁਰੂ ਹੁੰਦਾ ਇੱਥੋਂ ਲੈ ਕੇ ਅਖੀਰਲੀ ਕੰਧ ਤੱਕ ਸੁੱਖਾਂ ਦੇ ਸਾਧਨ ਹੀ ਸਾਧਨ ਪਏ ਨੇ, ਪਦਾਰਥ ਹੀ ਪਦਾਰਥ ਪਏ ਨੇ। ਸਾਰੇ ਘਰ ਨੂੰ ਫੋੜ ਕੇ ਵੇਖ ਲਵੋ, ਸੁੱਖਾਂ ਦੇ ਪਦਾਰਥ ਹੋਣ ਦੇ ਬਾਵਜੂਦ ਵੀ ਸੁੱਖ ਦਾ ਨਾਮ ਨਿਸ਼ਾਨ ਨਹੀਂ ਮਿਲੇਗਾ ਤੁਹਾਨੂੰ। ਅਕਸਰ ਬਾਤ ਕੀਤੀ ਜਾਂਦੀ ਹੈ ਬੜੇ ਫਿਲੋਸਫੀਕਲ ਵੇ ਦੇ ਨਾਲ, ਬੰਦਾ ਮਹਿੰਗੇ ਤੋਂ ਮਹਿੰਗੇ ਬੈੱਡ ਖਰੀਦ ਸਕਦਾ ਆ, ਨੀਂਦ ਨਹੀਂ ਖਰੀਦ ਸਕਦਾ। ਬੰਦਾ 36 ਪ੍ਰਕਾਰ ਦੇ ਭੋਜਨ ਲਿਆ ਸਕਦਾ ਆ, ਭੁੱਖ ਨਹੀਂ ਖਰੀਦ ਸਕਦਾ। ਬੰਦਾ ਵਧੀਆ ਤੋਂ ਵਧੀਆ ਆਰਾਮ ਗਾਹਾਂ ਬਾਏ ਕਰ ਸਕਦਾ ਹੈ, ਮਨ ਦਾ ਚੈਨ ਨਹੀਂ ਬਾਏ ਕਰ ਸਕਦਾ। ਇਹ ਜਿਹੜੀ ਚੀਜ਼ ਹੈ, ਇਹੀ ਅਸਲ 'ਚ ਉਸ ਮਾਲਕ ਦੀ ਨਵਾਜਿਸ਼ ਬਖਸ਼ਿਸ਼ ਦੇ ਨਾਲ ਜੰਮਣ ਵਾਲੀ ਚੀਜ਼ ਹੈ। ਇੱਥੇ ਅਹਿਸਾਸ ਕੀਤਾ ਜਾਏ ਸੁਖਦਾਤਾ ਮਨ ਨਾ ਵਸਾਇਆ, ਸੁੱਖਾਂ ਦੇ ਦਾਤੇ ਨੂੰ ਮਨ ਵਿੱਚ ਵਸਾਉਣਾ, ਜਿਹਨੂੰ ਸੁੱਖ ਕਿਹਾ ਗਿਆ, ਸ਼ਾਂਤੀ ਕਹੀ ਗਈ, ਇਹ ਰੱਬ ਦੇ ਨਾਮ ਵਿੱਚੋਂ, ਰੱਬ ਦੇ ਤਸੱਵਰ ਵਿੱਚੋਂ ਮਿਲਦੀ ਹੈ। ਸਭ ਵਿੱਚ ਉਹਦੀ ਜੋਤ ਵੇਖੋ, ਈਰਖਾ ਦਵੈਖ ਸਾੜੇ ਵਾਸ਼ਨਾ ਕ੍ਰੋਧ, ਇਹ ਸਭ ਚੀਜ਼ਾਂ ਤੋਂ ਪਰਹੇਜ਼ਗਾਰ ਹੋਏ ਬੰਦਾ ਉੱਪਰ ਉੱਠੇ। ਅਦਰਵਾਈਜ਼ ਮਤਲਬ ਪਰਾਈ ਤਾਤ, ਇੱਕ ਦੂਸਰੇ ਨੂੰ ਵੇਖ ਕੇ ਕਰੁੱਝਦੇ ਰਹਿਣਾ, ਇਹ ਸੰਸਾਰ ਦੀ ਪ੍ਰਵਿਰਤੀ ਹੈ। ਗੁਰੂ ਬਾਬਾ ਜੀ ਨੇ ਹੁਣ ਜਿਹੜਾ ਬਚਨ ਉਚਰਿਤ ਕੀਤਾ ਹੈ, ਕਿਹਾ ਸਾਰਾ ਦਿਨ ਲਾਲਚ ਅਟਿਆ,
ਜਿਉਂ ਸਵੇਰ ਤੋਂ ਨਿਕਲਿਆ ਬਸ ਇੱਕੋ ਚੀਜ਼ 'ਚ ਲਾਲਚ 'ਚ ਅਟਿਆ ਹੋਇਆ। ਮਤਲਬ ਇੱਕ ਤਰ੍ਹਾਂ ਦਾ ਮਿਸ਼ਨ ਹੀ ਇਹ ਬਣਾ ਲਿਆ ਕਿ ਬਸ ਹਰ ਦੁਨੀਆ ਦੀ ਚੀਜ਼ ਪਦਾਰਥ ਵਸਤ ਰਸਤ ਬਸ ਮੈਂ ਦੀ ਮਲਕੀਅਤ ਲੈਣੀ ਹੈ। ਇਹ ਸਾਰਾ ਜ਼ੋਰ ਬੰਦਾ ਇਸ ਗੱਲ 'ਤੇ ਲਾ ਕੇ ਬੈਠਾ। ਛੋਟੀ ਜਿਹੀ ਮਿਸਾਲ ਦੇ ਦੇਣਾ ਹੋਰ, ਫਿਰ ਵਾਇੰਡ ਅਪ ਕਰ ਦੇਣਾ ਬੱਚਨ ਨੂੰ। ਇੱਥੇ ਮੈਂ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਇੱਥੇ ਬ੍ਰਹਮਚਨੀ ਕਥਾ ਕਰਦਾ ਸੀ, ਕਾਫੀ ਸਾਲ ਪਹਿਲਾਂ ਦੀ ਗੱਲ ਆ। ਅਤੇ ਸਮਾ ਉਹ ਸ਼ਾਮ ਦੇ ਸਮੇਂ ਕਥਾ ਹੋਈ, ਇੱਕ ਯੰਗ ਬੱਚਾ ਉਹ ਥੋੜ੍ਹੀ ਦੇਰ ਕਥਾ 'ਚ ਬੈਠਾ ਰਿਹਾ। ਜਦੋਂ ਮੈਂ ਬਾਹਰ ਨਿਕਲਿਆ ਮੈਨੂੰ ਮਿਲਿਆ, ਅਤੇ ਜਦੋਂ ਬੋਲਿਆ ਤਾਂ ਡੈਫੀਨੇਟਲੀ ਉਹ ਹਿੰਦੀ ਭਾਸ਼ਾ 'ਚ ਗੱਲ ਕਰ ਰਿਹਾ ਮੇਰੇ ਨਾਲ। ਅਤੇ ਮੈਂ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਵੀ ਗੁਰਮੁਖੀ 'ਚ ਜਾਂ ਪੰਜਾਬੀ ਦੇ 'ਚ ਮੈਨੂੰ ਨਹੀਂ ਬਹੁਤਾ ਪਤਾ ਲੱਗਦਾ। ਸਮ ਹਾਓ ਆਈ ਵਾਜ਼ ਏਬਲ ਟੂ ਗ੍ਰਿਪ ਸਮ ਆਫ ਯੂਰ ਐਕਚੁਲੀ ਟਰਾਂਸਲੇਸ਼ਨ, ਦੈਟਸ ਵਾਈ ਆਈ ਵਾਜ਼ ਲਿਸਨਿੰਗ ਐਂਡ ਆਫਟਰਵਰਡ ਆਈ ਵਾਜ਼ ਆਸਕਿੰਗ ਫਿਊ ਐਕਚੁਲੀ ਪੀਪਲ ਓਵਰ ਹੇਅਰ ਕੈਨ ਆਈ ਟਾਕ ਟੂ ਹਿਮ, ਐਂਡ ਦੇ ਵਰ ਸੇਇੰਗ ਯੈਸ ਯੂ ਕੈਨ ਟਾਕ ਟੂ ਹਿਮ। ਠੀਕ ਹੈ ਜੀ, ਦੋ ਚਾਰ ਗੱਲਾਂ ਹੋਈਆਂ, ਥੋੜ੍ਹਾ ਪਰੇਸ਼ਾਨ ਲੱਗਾ ਮੈਨੂੰ। ਅਤੇ ਮੈਂ ਪੁੱਛਿਆ, ਮੈਂ ਕਿਹਾ ਸਟੂਡੈਂਟ ਹਾਂ? ਕਹਿਣ ਲੱਗਾ ਨਹੀਂ ਸਟੂਡੈਂਟ ਨਹੀਂ ਗਾ। ਮੈਂ ਕਿਹਾ ਚਲੋ ਫਿਰ ਵਰਕ ਪਰਮਿਟ ਵਗੈਰਾ? ਤਾਂ ਕਹਿੰਦੇ ਨਹੀਂ, ਪੀ ਆ ਰਿਹਾ। ਅੱਛਾ, ਜੋਬ ਵਗੈਰਾ ਠੀਕ ਹੈ ਨਾ? ਹਾਂ, ਜੋਬ ਬਹੁਤ ਵਧੀਆ, ਬਾਏ ਪ੍ਰੋਫੈਸ਼ਨ ਇੰਜੀਨੀਅਰ ਹਾਂ ਮੈਂ, ਅਤੇ ਬੜੀ ਵਧੀਆ ਜੋਬ ਆ। ਸਭ ਉਸ ਤਰੀਕੇ ਨਾਲ ਗੱਲ ਕੀਤੀ, ਠੀਕ ਹੈ। ਫਿਰ ਬਾਤ ਕੀ ਹੋਈ? ਕਹਿਣ ਲੱਗਾ ਆਈ ਹੈਵ ਨੋ ਆਈਡੀਆ। ਕਹਿੰਦਾ ਸਮਥਿੰਗ ਇਜ਼ ਨੋਟ ਰਾਈਟ ਇਨ ਸਾਈਡ ਮੀ, ਕੁਛ ਆ ਜਿਹੜਾ ਬੋਦਰ ਕਰਦਾ, ਬਗ ਕਰਦਾ, ਪਤਾ ਨਹੀਂ ਕੁਛ ਇਸ ਰੂਪ ਦੇ ਵਿੱਚ। ਠੀਕ ਹੈ, ਚਲੋ ਲੱਗਾ ਕਾਫੀ ਪਰੇਸ਼ਾਨ ਆ। ਗੁਰਦੁਆਰਾ ਸਾਹਿਬ ਆਇਆ, ਮਤਲਬ ਇੱਕ ਤਰੀਕੇ ਦਾ ਬਿਲੀਵ ਵੀ ਨਾ ਹੋਣ ਦੇ ਬਾਵਜੂਦ ਲੱਗਾ ਗੁਰਦੁਆਰਾ ਸਾਹਿਬ ਪਹੁੰਚਦਾ। ਚਲੋ ਮਹਾਰਾਜ ਨੇ ਕਿਸੇ ਰੂਪ ਵਿੱਚ ਡਿਊਟੀ ਲਾਈ, ਮੈਨੂੰ ਮਿਲਾਇਆ ਇੱਥੇ। ਮੈਂ ਥੋੜ੍ਹਾ ਐਕਸਟਰਾ ਹੋਰ ਟਾਈਮ ਕੱਢ ਕੇ ਉਹਦੇ ਨਾਲ ਬੈਠਾ, ਲੰਮੀ ਗੱਲਬਾਤ ਹੋਈ। ਲੌਂਗ ਸਟੋਰੀ ਸ਼ੋਰਟ ਜੇ ਬਾਤ ਕਰਾਂ, ਅਤੇ ਉਹਦੇ ਨਾਲ ਗੱਲਬਾਤ ਹੋਈ ਤਾਂ ਕਹਿਣ ਲੱਗਾ, ਗੱਲ ਇਹ ਹੈ ਜਦੋਂ ਸਾਰੇ ਉਹਦੇ ਜ਼ਿੰਦਗੀ ਦੇ ਬਾਰੇ, ਕਿੱਥੋਂ ਆਇਆ, ਕਿਸ ਰੂਪ ਦੇ ਵਿੱਚ। ਕਹਿਣ ਲੱਗਾ ਕਿ ਸਾਡੇ ਫਾਦਰ ਸਾਹਿਬ ਰੀ ਦੋ ਭਰਾ ਸੀਗੇ, ਅਤੇ ਮੇਰੇ ਫਾਦਰ ਸਾਹਿਬ ਜਿਹੜਾ ਸੀਗਾ ਉਹ ਛੋਟਾ ਸੀਗਾ, ਮੇਰਾ ਤਾਇਆ ਵੱਡਾ ਸੀਗਾ। ਤਾਏ ਦੀ ਜਿਹੜਾ ਸਾਰਾ ਘਰ ਬਾਰ ਬੜਾ ਪ੍ਰੋਸਪਰ ਸੀਗਾ, ਅਸੀਂ ਬੜੇ ਸਟਰਗਲ ਕਰ ਰਹੇ ਸੀਗੇ। ਅਕਸਰ ਮਾਂ ਨੂੰ ਇਹਦਾ ਬੜਾ ਹੁੰਦਾ ਸੀਗਾ ਕਿ ਅਸੀਂ ਪਿੱਛੇ ਰਹਿ ਗਏ, ਪਿੱਛੇ ਰਹਿ ਗਏ। ਮੈਂ ਪੜ੍ਹਨ ਨੂੰ ਬੜਾ ਬ੍ਰਿਲੀਅੰਟ ਸੀਗਾ, ਮਾਂ ਨੇ ਮੇਰੇ ਦਿਮਾਗ ਰਾਤ ਦਿਨ ਪਾਇਆ ਵੀ ਬਸ ਪੁੱਤ ਪੂਰਾ ਜ਼ੋਰ ਲਾ ਦੇਣਾ, ਬਸ ਆਹ ਤਾਏ ਨੂੰ ਪਿੱਛੇ ਛੱਡਣਾ। ਕਹਿੰਦਾ ਮੈਨੂੰ ਵੀ ਲੱਗਾ ਬਿਲਕੁਲ ਮਿਸ਼ਨ ਬੜਾ ਵੱਡਾ, ਆਪਾਂ ਇਸ ਮਿਸ਼ਨ 'ਤੇ ਲੱਗ ਗਏ। ਕਹਿੰਦਾ ਕਰਦਿਆਂ ਕਰਦਿਆਂ ਬਸ ਰਾਤ ਦਿਨ ਇੱਕ ਕਰਕੇ, ਪਹਿਲਾਂ 10th ਪ੍ਰੋਪਰ ਕੀਤੀ, ਫਿਰ ਗ੍ਰੇਡ 12, ਫਿਰ ਇੰਜੀਨੀਅਰਿੰਗ ਕਾਲਜ ਗਏ, ਉੱਥੋਂ ਜਿਹੜੀ ਹੈ ਟੌਪ ਕੀਤਾ, ਫਿਰ ਇੱਥੇ ਆ ਕੇ ਜੋਬ ਸ਼ੁਰੂ ਕੀਤੀ, ਐਮ ਟੈਕ ਕੀਤੀ, ਵਧੀਆ ਜੋਬ, ਸਭ ਕੁਛ ਹੋ ਗਿਆ। ਹੁਣ ਹਾਲਤ ਇਹ ਹੈ ਵੀ ਤਾਇਰੀ ਬਹੁਤ ਪਛੜ ਗਏ ਨੇ, ਅਸੀਂ ਬਹੁਤ ਅੱਗੇ ਲੰਘ ਗਏ, ਉਹ ਸਾਰੇ ਰੂਪ ਦੀ ਗੱਲਬਾਤ ਬਣ ਗਈ ਹੈ। ਬਟ ਸਭ ਕੁਛ ਹੋਣ ਦੇ ਬਾਵਜੂਦ ਵੀ ਮੈਨੂੰ ਅੰਦਰ ਕੋਈ ਸੈਟਿਸਫੈਕਸ਼ਨ ਹੀ ਨਹੀਂ ਹੈਗੀ, ਕੋਈ ਕੰਟੈਂਟਮੈਂਟ ਨਹੀਂ ਹੈਗੀ। ਹਾਂ, ਕਿਵੇਂ ਹੋਏਗੀ? ਇਹ ਪਰਾਈ ਤਾਤ ਵਿੱਚੋਂ ਸਾਰਾ ਮਿਸ਼ਨ ਬਣਿਆ, ਕਿਸੇ ਨੂੰ ਸਾੜਨ ਲਈ, ਕਿਸੇ ਨੂੰ ਛੋਟਿਆਂ ਕਰਨ ਲਈ, ਨਵੇਂ ਆਉਣ ਲਈ ਸਭ ਚੀਜ਼ਾਂ ਚੱਲੀਆਂ ਨੇ। ਕਿੱਥੋਂ 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 ਸੁੱਖ ਮਿਲੇਗਾ? ਬੰਦਾ ਜੀਵਨ ਇਸੇ ਰੂਪ ਵਿੱਚ ਕਿਵੇਂ ਲਾਉਂਦਾ? ਬਾਬਾ ਜੀ ਬਿਆਨ ਕਰਦੇ, ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਜ਼ਿੰਦਗੀ ਇਸ ਕਿਸਮ ਦੀਆਂ ਰੀਸਾਂ ਕਰਨ ਵਾਸਤੇ ਨਹੀਂ ਮਿਲੀ। ਜੀਵਨ ਇਸ ਰੂਪ ਦੇ ਵਿੱਚ ਆਪਣੇ ਲਾਲਚਾਂ ਨੂੰ ਪੁਗਦਾ ਕਰਕੇ, ਦੂਜਿਆਂ ਨੂੰ ਈਰਖਾ ਦਵਾਹ ਕਰਾ ਕੇ, ਸਾੜਾ ਕਰਾ ਕੇ, ਨਿਵਿਆ ਕੇ, ਇਹਦੇ 'ਚ ਜ਼ਿੰਦਗੀ ਜੀਣੀ, ਇਹੀ ਬੰਦੇ ਦੀ ਤ੍ਰਾਸਦੀ ਹੈ। ਇੱਥੇ ਬਚਨ ਮਹਾਰਾਜ ਬਿਆਨ ਕਰਦੇ, ਸਾਰਾ ਦਿਨ ਲਾਲਚ ਅਟਿਆ, ਕਿਆ ਮਨਮੁੱਖ ਹੋ ਰਹੇ ਗੱਲਾਂ,
ਮਤਲਬ ਜਿਹੜੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਉਹਨਾਂ ਗੱਲਾਂ 'ਚ ਗਲਤਾਨ ਹੋਇਆ ਤੁਰਿਆ ਫਿਰਦਾ ਹੈਗਾ। ਫਿਰ ਅਗਲੀ ਬਾਤ ਕੀਤੀ ਮਹਾਰਾਜ ਨੇ, ਕਿਹਾ ਰਾਤੀ ਉਂਘ ਹੈ ਦੱਬਿਆ ਨਵੇਂ ਸੋਤ ਸਭ ਢਿੱਲਾ। ਹੁਣ ਜੇ ਇਤਨੇ ਜ਼ਿਆਦਾ ਮਤਲਬ ਬੇਤਹਾਸ਼ਾ ਬੰਦੇ ਨੇ ਸਟ੍ਰੈਸ ਲੈ ਕੇ ਕੰਮ ਕਾਰ ਕਰਨਾ ਸਾਰਾ, ਅਤੇ ਆਖਿਰਕਾਰ ਰਾਤਾਂ ਕਿਵੇਂ ਦੀਆਂ ਹੋਣਗੀਆਂ। ਉਂਘ, ਬੰਦਾ ਕਹਿੰਦੇ ਨੇ ਸਲੀਪਿੰਗ ਜਿਹੜੀ ਹੈ ਬੜੀ ਜ਼ਰੂਰੀ ਹੈ, ਪਰ ਇੱਕ ਨੋਰਮਲ ਸਲੀਪਿੰਗ ਦਾ ਪੈਟਰਨਰ ਆ, ਉਹਦਾ ਇੱਕ ਪੈਟਰਨਰ ਹੈਗਾ ਜਿਹਨੂੰ ਅਸੀਂ ਫੋਲੋ ਕਰਨਾ ਹੁੰਦਾ। ਸਰੀਰ ਓਵਰ ਟਾਇਰਡ ਹੋ ਕੇ ਜਿਹੜੀ ਨੀਂਦ ਆਉਂਦੀ ਉਹਨੂੰ ਨੀਂਦ ਨਹੀਂ ਕਿਹਾ ਜਾਂਦਾ, ਉਹ ਤਾਂ ਜਸਟ ਆਪਣੇ ਆਪ ਨੂੰ ਉਹ ਕਿਸੇ ਰੂਪ ਦੇ ਵਿੱਚ ਸਰਵਾਈਵਲ ਮੂਡ 'ਚ ਲੈ ਕੇ ਜਾ ਰਿਹਾ ਹੁੰਦਾ। ਜਿਹੜਾ ਨੀਂਦ ਇਸੇ ਹਾਲਤ 'ਚ ਹੀ ਲੋਕ ਮਤਲਬ ਏਜ ਤੋਂ ਪਹਿਲਾਂ ਓਵਰ ਏਜ ਕਿਉਂ ਲੱਗ ਰਹੇ ਨੇ, ਮੈਂਟਲ ਹੈਲਥ ਦੇ ਕ੍ਰਾਈਸਿਸ ਕਿਉਂ ਆ ਰਹੇ ਨੇ ਫਿਜ਼ੀਕਲੀ, ਮਤਲਬ ਕੋਈ ਐਸਾ ਦਿਨ ਹੋਏ ਜਿਸ ਦਿਨ ਕੋਈ ਨਾ ਕੋਈ ਸ਼ਖਸ ਐਸੀ ਗੱਲ ਨਾ ਕਹੇ ਕਿ ਭਾਈ ਸਾਹਿਬ ਸਭ ਕੁਝ ਕਰ ਰਿਹਾ ਉਹਨਾਂ ਨੇ, ਬਲੱਡ ਵਰਕ ਵੀ ਕਰ ਲਿਆ ਸਭ ਕੁਝ, ਬਟ ਸਮ ਖਾਓ ਕੋਈ ਇਸ਼ੂ ਚੱਲ ਰਿਹਾ ਪਤਾ ਨਹੀਂ ਲੱਗ ਰਿਹਾ। ਇਹ ਕੀ ਹੈ? ਇਹ ਐਕਚੁਅਲੀ ਇਹਨਾਂ ਚੀਜ਼ਾਂ 'ਚੋਂ ਆ ਰਿਹਾ ਸਾਰਾ ਕੁਛ। ਸੋ ਇਹ ਜਿਹਨੂੰ ਮਹਾਰਾਜ ਕਹਿੰਦੇ ਕਰ ਕਰ ਅਨਰਥ ਬਿਹਾਜੀ ਸੰਪੈ, ਬੰਦੇ ਨੇ ਅਨਰਥ ਕਰ ਕਰਕੇ ਸੰਪੱਤੀ ਜੋੜ ਲਈ ਖੂਬ ਸਾਰੀ। ਸੰਪੱਤੀ ਤਾਂ ਹੈ, ਅਤੇ ਜਿਸ ਕਲਬੂਤ ਨੂੰ ਯੂਜ਼ ਕਰਕੇ ਸਾਰੀ ਜੋੜੀ, ਹੁਣ ਉਹ ਕਲਬੂਤ ਵਿਚਾਰਾ ਉਹ ਕਿਸੇ ਕੰਮ ਜੋਗਾ ਨਹੀਂ ਰਹਿ ਗਿਆ। ਇਸ ਤਰੀਕੇ ਨਾਲ ਮਹਾਰਾਜ ਬਿਆਨ ਕਰਦੇ ਹੋ, ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ। ਇੱਥੇ ਕਿਹਾ ਜਦੋਂ ਇਹ ਸਾਰੇ ਰੂਪ 'ਚ ਲੱਗਾ ਰਿਹਾ, ਆਖਿਰਕਾਰ ਉਹ ਉਂਘ ਆਈ ਅਤੇ ਨੌਵੇਂ ਸੂਤ ਹੋਏ ਢਿੱਲਾ, ਹੁਣ ਬਿਲਕੁਲ ਨੈਣ ਪ੍ਰਾਣ ਛੁੱਟ ਕੇ ਇੰਝ ਲੱਗਦਾ ਜਿਵੇਂ ਸੋਇਆ ਕਾਹਦਾ ਮੋਇਆ ਹੀ ਹੈ। ਅੱਗੇ ਕੁਝ ਦਾ ਮੈਟਾਫੋਰ ਹੋ ਰਿਹਾ, ਘਰ ਦੇ ਡੋਮੈਸਟਿਕ ਇਨਵਾਇਰਮੈਂਟ ਦੇ 'ਚ ਪਤੀ ਪਤਨੀ ਦੀ ਬਾਤ, ਅਤੇ ਉਹ ਸਾਰੇ ਰਾਏ ਦੇ ਉੱਤੇ ਗੁਰੂ ਬਾਬਾ ਜੀ ਨੇ ਬਾਤ ਕਰਦਿਆਂ ਹੋਇਆ ਸੰਦੇਸ਼ ਦਿੱਤਾ ਆ, ਜਿਹਦੀ ਵਿਚਾਰ ਆਉਂਦੇ ਕੱਲ੍ਹ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਵਾਸਤੇ ਇੰਨੀਆਂ ਕੁ ਬਿੰਤੀਆਂ ਨਾਲ ਖਿਮਾ ਚਾਹਾਂਗਾ, ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।